ਸਿੰਘ ਜੀ, ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਅਤੇ ਉਸਨੂੰ ਸਮਰਪਿਤ ਅਸੀਂ ਕੁਝ ਵਿਚਾਰਾਂ ਦੀ ਸਾਂਝ ਕਰਨੀ ਹੈ ਅਤੇ ਵਿਸ਼ੇਸ਼ ਰੂਪ ਦੇ ਵਿੱਚ ਉਹਨਾਂ ਦੀ ਸ਼ਹਾਦਤ ਦੇ ਨਾਲ ਜੋ ਪ੍ਰਸੰਗ ਜੁੜਦਾ ਕੇਸਾਂ ਦੀ ਮਹਾਨਤਾ ਦਾ, ਉਸ ਪੱਖ ਤੋਂ ਅੱਜ ਅਸੀਂ ਵਿਚਾਰਾਂ ਦੀ ਸਾਂਝ ਕਰਨ ਜਾ ਰਹੇ ਹਾਂ। ਸਾਡੇ ਨਾਲ ਗਿਆਨੀ ਬਲਵਿੰਦਰ ਸਿੰਘ ਜੀ ਲੁਧਿਆਣੇ ਵਾਲੇ ਅੱਜ ਦੇ ਵਿਚਾਰ ਵਿੱਚ ਸ਼ਾਮਿਲ ਨੇ। ਸੋ ਗਿਆਨੀ ਜੀ, ਫਤਿਹ ਅਰਜ਼ ਕਰਦੇ ਹਾਂ। ਸਭ ਤੋਂ ਪਹਿਲਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਫਤਿਹ। ਸੋ ਜੋ ਕੇਸਾਂ ਦੀ ਮਹਾਨਤਾ ਦੇ ਪਰਥਾਏ, ਅਸੀਂ ਚਾਹਵਾਂਗੇ ਕਿ ਆਪ ਜੀ ਅੱਜ ਸਾਡੇ ਨਾਲ ਕੁਝ ਵਿਚਾਰਾਂ ਦੀ ਸਾਂਝ ਕਰਦੇ ਜੀ। ਮਾਲਕ ਪਰਮਾਤਮਾ ਨੇ ਮਨੁੱਖ ਨੂੰ ਸਰੀਰ ਦਿੱਤਾ ਹੈ ਔਰ ਸਰੀਰ ਦੇ ਨਾਲ ਜਿੱਥੇ ਸਾਡੇ ਅੰਗ ਹਨ, ਹੱਥ ਹਨ, ਪੈਰ ਹਨ, ਮੂੰਹ ਹੈ, ਕੰਨ ਹੈ, ਨੱਕ ਹੈ ਔਰ ਕੇਸ ਵੀ ਸਾਡੇ ਜਿਹੜੇ ਨੇ ਸਾਡੇ ਸਰੀਰ ਦੇ ਉੱਤੇ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਰੀਰ ਦੇ ਹਰ ਹਿੱਸੇ ਦੇ ਉੱਤੇ ਕੇਸ ਜਿਹੜੇ ਆਉਂਦੇ ਨੇ। ਜੇ ਮਨੁੱਖ ਦਾ ਹੱਥ ਨਹੀਂ ਹੈ ਤਾਂ ਉਹਨੂੰ ਉਸ ਮਨੁੱਖ ਨੂੰ ਕਹਿ ਦਿੰਦੇ ਨੇ ਕਿ ਇਹ ਟੁੰਡਾ ਹੈ। ਜੇ ਮਨੁੱਖ ਦਾ ਕੋਈ ਪੈਰ ਨਹੀਂ ਹੈ, ਲੱਤ ਨਹੀਂ ਹੈ ਤਾਂ ਉਹਨੂੰ ਕਹਿ ਦਿੰਦੇ ਨੇ ਲੰਗੜਾ। ਜੇ ਮਨੁੱਖ ਦੀ ਕੋਈ ਅੱਖ ਨਹੀਂ ਹੈ ਤਾਂ ਉਹਨੂੰ ਕਹਿ ਦਿੰਦੇ ਨੇ ਕਾਣਾ। ਜੇ ਮਨੁੱਖ ਦੇ ਕੰਨ ਕੰਮ ਨਹੀਂ ਕਰਦੇ ਤਾਂ ਉਹਨੂੰ ਕਹਿ ਦਿੰਦੇ ਨੇ ਬੋਲਾ। ਅਤੇ ਜੇ ਮਨੁੱਖ ਦੇ ਕੇਸ ਸਿਰ ਦੇ ਉੱਤੇ ਜਾਂ ਦਾੜਾ ਨਹੀਂ ਹੈ ਤਾਂ ਉਹਨੂੰ ਆਮ ਕਹਿ ਦਿੰਦੇ ਨੇ ਵੀ ਖੋਦਾ। ਹੁਣ ਜਿੱਥੇ ਸਾਡੇ ਹੱਥ ਪੈਰ ਜਿਹੜੇ ਨੇ ਜਾਂ ਅੱਖਾਂ ਨੇ, ਕੰਨ ਨੇ, ਨੱਕ ਨੇ, ਇਹ ਜ਼ਰੂਰੀ ਨੇ, ਸਰੀਰ ਦੇ ਸਾਡੇ ਹਿੱਸਾ ਹੈ, ਜ਼ਰੂਰੀ ਹਨ ਔਰ ਕੇਸ ਵੀ ਸਾਡੇ ਜ਼ਰੂਰੀ ਹਨ ਜੀ। ਔਰ ਕੇਸ ਆਮ ਲੋਕ ਸਵਾਲ ਕਰਦੇ ਨੇ ਇਹ ਕੇਸ ਰੱਖੇ ਨੇ, ਕੇਸ ਰੱਖੇ ਨਹੀਂ ਜਾਂਦੇ, ਕੇਸ ਮਨੁੱਖ ਦੇ ਨਾਲ ਹੀ ਆਉਂਦੇ ਨੇ। ਜਦੋਂ ਬੱਚਾ ਮਾਂ ਦੇ ਗਰਭ ਤੋਂ ਬਾਹਰ ਆਉਂਦਾ ਹੈ ਤੇ ਬੱਚੇ ਦੇ ਕੇਸ ਹੁੰਦੇ ਨੇ। ਹਾਂ, ਅਸੀਂ ਇਹ ਕਹਿ ਸਕਦੇ ਹਾਂ ਕਿ ਕੇਸ ਕਟਾਏ ਨੇ, ਕੇਸ ਕੱਟੇ ਜਾਂਦੇ ਨੇ, ਕੇਸ ਮਾਂ ਦੇ ਗਰਭ ਦੇ ਵਿੱਚੋਂ ਨਾਲ ਹੀ ਆਉਂਦੇ ਨੇ। ਔਰ ਕੇਸ ਜਿਹੜੇ ਨੇ ਇਹਨਾਂ ਦੇ ਬਾਰੇ ਵਿਗਿਆਨੀਆਂ ਨੇ ਵੀ ਆਪਣੀਆਂ ਰਾਏ ਦਿੱਤੀਆਂ ਨੇ ਔਰ ਜਿੰਨੇ ਵੀ ਧਰਮ ਗ੍ਰੰਥ ਉਹ ਸਾਰੇ ਕੇਸਾਂ ਦੀ ਮਹਾਨਤਾ ਬਾਰੇ ਜਾਂ ਕੇਸਾਂ ਬਾਰੇ ਦੱਸਦੇ ਨੇ, ਚਾਹੇ ਉਹ ਹਿੰਦੂ ਧਰਮ ਹੈ, ਚਾਹੇ ਉਹ ਇਸਲਾਮ ਧਰਮ ਹੈ, ਚਾਹੇ ਉਹ ਈਸਾਈ ਧਰਮ ਹੈ, ਜਿੰਨੇ ਵੀ ਧਰਮ ਹਨ ਜਾਂ ਧਰਮ ਦੇ ਆਗੂ ਹਨ ਸਾਰੇ ਕੇਸਾਧਾਰੀ ਹੋਏ ਨੇ। ਜੇ ਆਪਾਂ ਅੱਜ ਰਾਮਲੀਲਾ ਦੇਖਦੇ ਹਾਂ ਉਹਦੇ ਵਿੱਚ ਸ੍ਰੀ ਰਾਮ ਚੰਦਰ ਨੂੰ ਕੇਸ ਨਾ ਲਾਏ ਹੋਣ ਜਾਂ ਆਪਾਂ ਸ੍ਰੀ ਲਛਮਣ ਜੀ ਦੇਖਦੇ ਹਾਂ ਉਹਨਾਂ ਨੂੰ ਕੇਸ ਨਾ ਲਾਏ ਹੋਣ ਤੇ ਉਹਨਾਂ ਨੂੰ ਕੌਣ ਮੰਨੇਗਾ ਕਿ ਇਹ ਰਾਮ ਹਨ ਜਾਂ ਲਛਮਣ ਹਨ। ਉਹਨਾਂ ਨੂੰ ਝੂਠੇ ਕੇਸ ਲਾਉਣੇ ਪੈਂਦੇ ਨੇ, ਰਾਮ ਬਣਾਉਣ ਵਾਸਤੇ ਝੂਠੇ ਕੇਸ ਲਾ ਕੇ ਫਿਰ ਉਹਨਾਂ ਨੂੰ ਜਿਹੜਾ ਹੈ ਸਾਹਮਣੇ ਲਿਆਇਆ ਜਾਂਦਾ ਹੈ ਕਿ ਇਹ ਸ੍ਰੀ ਰਾਮ ਚੰਦਰ ਹਨ। ਹੁਣ ਜਿੰਨੇ ਵੀ ਧਰਮ ਗ੍ਰੰਥ ਨੇ ਇਹ ਹਿੰਦੂ ਧਰਮ ਦੇ, ਚਾਹੇ ਉਹ ਰਿਗਵੇਦ ਹੈ, ਚਾਹੇ ਉਹ ਮਨੁ ਸਿਮਰਤੀ ਹੈ, ਚਾਹੇ ਉਹ ਹੋਰ ਕੋਈ ਗ੍ਰੰਥ ਹੈ, ਸਾਰਿਆਂ ਦੇ ਵਿੱਚ ਕੇਸਾਂ ਦੀ ਮਹਾਨਤਾ ਦੱਸੀ ਗਈ ਹੈ। ਔਰ ਜੇ ਆਪਾਂ ਪ੍ਰਭੂ ਯਸੂ ਨੂੰ ਦੇਖਦੇ ਹਾਂ ਤੇ ਉਹਨਾਂ ਦੇ ਸਿਰ ਦੇ ਉੱਤੇ ਵੀ ਕੇਸ ਹਨ, ਬਾਈਬਲ ਦੇ ਵਿੱਚ ਵੀ ਕੇਸਾਂ ਦਾ ਜ਼ਿਕਰ ਆਉਂਦਾ ਹੈ। ਇਸਲਾਮ ਧਰਮ ਦੇ ਵਿੱਚ ਮੁਹੰਮਦ ਸਾਹਿਬ ਦੇ ਵੀ ਕੇਸ ਹਨ। ਕਹਿੰਦੇ ਨੇ 1921 ਦੇ ਵਿੱਚ ਕਸ਼ਮੀਰ ਦੇ ਵਿੱਚ ਕਹਿੰਦੇ ਨੇ 26 ਦਸੰਬਰ 1963 ਨੂੰ ਕਹਿੰਦੇ ਨੇ ਅੱਗ ਲੱਗ ਗਈ। ਅੱਗ ਕਿਉਂ ਲੱਗੀ? ਕਿਉਂਕਿ ਇਸਲਾਮ ਧਰਮ ਦੇ ਜਿਹੜੇ ਲੋਕ ਸਨ ਉਹਨਾਂ ਨੇ ਕਸ਼ਮੀਰ ਦੇ ਵਿੱਚ 26 ਦਸੰਬਰ
1963 ਨੂੰ ਅੱਗਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ, ਬਾਜ਼ਾਰਾਂ ਦੇ ਬਾਜ਼ਾਰ ਬੰਦ ਹੋ ਗਏ ਚਾਰੇ ਪਾਸੇ। ਕਹਿੰਦੇ ਨੇ ਕਸ਼ਮੀਰ ਦੀ ਬਰਫ਼ ਨੂੰ ਅੱਗ ਲੱਗ ਗਈ। ਉਹ ਕਿਉਂ ਲੱਗੀ? ਕਿਉਂਕਿ ਮੁਸਲਮਾਨਾਂ ਦੇ ਧਰਮ ਅਸਥਾਨ ਮਸਜਿਦ ਦੇ ਵਿੱਚ ਜਿਹੜਾ ਮੁਹੰਮਦ ਸਾਹਿਬ ਦਾ ਇੱਕ ਵਾਲ ਗੁੰਮ ਹੋ ਗਿਆ ਸੀ। ਕਹਿੰਦੇ ਨੇ ਉਹ ਸੁਨਹਿਰੀ ਡੱਬੀ ਦੇ ਵਿੱਚ ਉਹਨਾਂ ਨੇ ਉਸ ਵਾਲ ਨੂੰ ਰੱਖਿਆ ਹੋਇਆ ਸੀ, ਤੇ ਕਹਿੰਦੇ ਨੇ ਜਦੋਂ ਮੂਏ ਮੁਬਾਰਕ, ਮੂਏ ਮੁਬਾਰਕ, ਹਾਂਜੀ ਮੁਬਾਰਕ ਕਹਿੰਦੇ ਉਹਨਾਂ ਨੂੰ, ਹਾਂਜੀ, ਉਹ ਪਵਿੱਤਰ ਕੇਸ ਹੈ ਮੁਹੰਮਦ ਸਾਹਿਬ ਜੀ ਦਾ, ਤੇ ਉਸਨੂੰ ਬੜੇ ਅਦਬ ਦੇ ਨਾਲ ਉੱਥੇ ਸੁਭਾਇਮਾਨ ਕੀਤਾ ਹੋਇਆ। ਉਹ ਕੇਸ ਕਿਸੇ ਕਾਰਨ ਕੋਈ ਅੱਗੇ ਪਿੱਛਾ ਹੋ ਗਿਆ ਤੇ ਸਾਰੇ ਪਾਸੇ ਹਾਹਾਕਾਰ ਮਚ ਗਿਆ, ਹਾਹਾਕਾਰ ਮਚ ਗਏ ਜੀ। ਇੱਥੋਂ ਤੱਕ ਕਿ ਉਸ ਵੇਲੇ ਜਿਹੜੇ ਪ੍ਰਧਾਨ ਮੰਤਰੀ ਸਨ ਉਹ ਪੰਡਿਤ ਨਹਿਰੂ ਸਨ, ਉਹਨਾਂ ਨੂੰ ਵੀ ਜਿਹੜਾ ਉਚੇਚੇ ਤੌਰ 'ਤੇ ਰੇਡੀਓ ਦੇ ਉੱਤੋਂ ਜਿਹੜੀ ਇਹ ਸਪੀਚ ਕਰਨੀ ਪਈ ਕਿ ਮੁਸਲਮਾਨ ਵੀਰ ਜਿਹੜੇ ਨੇ ਸ਼ਾਂਤ ਹੋ ਜਾਣ, ਹਰ ਜਿਹੜਾ ਯਤਨ ਕੇਸ ਲੱਭਣ ਵਾਸਤੇ, ਮੋਏ ਮੁਬਾਰਕ ਲੱਭਣ ਵਾਸਤੇ ਜਿਹੜਾ ਹੈ ਯਤਨ ਕੀਤਾ ਜਾਏਗਾ। ਕਹਿੰਦੇ ਨੇ 3-4 ਦਿਨ ਜਿਹੜਾ ਕਸ਼ਮੀਰ ਦੇ ਵਿੱਚ ਮੁਸਲਮਾਨਾਂ ਨੇ ਨਾ ਤੇ ਕੁਝ ਖਾਧਾ ਨਾ ਕੁਝ ਪੀਤਾ, ਔਰ 3-4 ਦਿਨਾਂ ਤੋਂ ਬਾਅਦ ਜਦੋਂ ਕੇਸ ਲੱਭਿਆ ਤੇ ਉਦੋਂ ਜਿਹੜੇ ਨੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਨੇ ਉਹਨਾਂ ਨੇ ਆਖਿਆ ਕਿ ਮੁਸਲਮਾਨਾਂ ਦਾ ਜਿਹੜਾ ਈਦ ਹੈ ਉਹ ਅੱਜ ਹੈ, ਕਿਉਂਕਿ ਅੱਜ ਜਿਹੜਾ ਹੈ ਮੁਸਲਮਾਨ ਧਰਮ ਦੇ ਸਾਰੇ ਲੋਕ ਬੜੇ ਖੁਸ਼ ਨੇ, ਕਿਉਂਕਿ ਮੁਹੰਮਦ ਸਾਹਿਬ ਦਾ ਵਾਲ ਜਿਹੜਾ ਹੈ, ਮੋਹੀ ਮੁਬਾਰਕ ਜਿਹੜਾ ਹੈ ਉਹ ਮਿਲ ਗਿਆ ਹੈ। ਇੰਨੀ ਮਹਾਨਤਾ ਜਿਹੜੀ ਹੈ ਜੀ ਉਹਨਾਂ ਦੀ ਕੇਸਾਂ ਪ੍ਰਤੀ ਹੈ, ਬਿਲਕੁਲ ਇੰਨੀ ਮਹਾਨਤਾ ਹੈ ਕੇਸਾਂ ਦੀ, ਇੰਨਾ ਅਦਬ ਹੈ ਤੇ ਸਾਰੇ ਹੀ ਜਿਵੇਂ ਆਪ ਜੀ ਸਾਂਝ ਕਰਦੇ ਪਏ ਸੀ, ਸਾਰੇ ਹੀ ਪੈਗੰਬਰ ਜਿਹੜੇ ਨੇ ਉਹ ਕੇਸਾ ਧਾਰੀ ਨੇ, ਤੇ ਉਹਨਾਂ ਦੇ ਕੇਸਾਂ ਦੀ ਉਪਮਾ ਵੱਖ ਵੱਖ ਰੂਪਾਂ ਦੇ ਵਿੱਚ ਸਾਨੂੰ ਪ੍ਰਾਪਤ ਹੁੰਦੀ ਹੈ, ਧਰਮ ਵੱਖ ਵੱਖ ਧਰਮ ਗ੍ਰੰਥਾਂ 'ਚ ਗੁਰੂ ਕੀ ਬਾਣੀ ਦੇ ਵਿੱਚ ਵੀ ਆਉਂਦਾ। ਸੋ ਪਹਿਲਾਂ ਆਪਾਂ ਦੂਸਰੀ ਵਿਚਾਰ ਜਿਹੜੀ ਆਪ ਜੀ ਪਾਸੋਂ ਸਰਵਣ ਕਰ ਰਹੇ ਹਾਂ ਜੀ। ਹਾਂਜੀ, ਹੁਣ ਕੇਸ ਜਿਹੜੇ ਨੇ ਆਪਾਂ ਪਹਿਲੋਂ ਵਿਚਾਰ ਕੀਤੀ ਹੈ ਕਿ ਇਹ ਮਾਂ ਦੇ ਗਰਭ ਦੇ ਵਿੱਚੋਂ ਮਨੁੱਖ ਦੇ ਨਾਲ ਆਉਂਦੇ ਨੇ। ਮਨੁੱਖ ਗੁਰੂ ਨਾਨਕ ਸਾਹਿਬ ਜੀ ਦੇ ਜਦੋਂ ਇਸ ਸੰਸਾਰ ਦੇ ਵਿੱਚ ਆਏ ਨੇ, ਮਾਰਿਆ ਛਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ, ਔਰ ਗੁਰੂ ਨਾਨਕ ਸਾਹਿਬ ਜੀ ਨੇ ਪਹਿਲੋਂ ਦਾ ਜਿਹੜਾ ਸਮਾਂ ਹੈ ਉਸ ਸਮੇਂ ਦੇ ਵਿੱਚ ਭਾਵੇਂ ਕੋਈ ਕੇਸ ਰੱਖ ਲਏ, ਭਾਵੇਂ ਕੋਈ ਕੁਟਾ ਲਏ, ਕੋਈ ਪਾਬੰਦੀ ਨਹੀਂ ਲਾਈ ਗਈ। ਔਰ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਦੇ ਵਿੱਚ ਜਦੋਂ ਭਾਈ ਮਰਦਾਨਾ ਜੀ ਕਹਿੰਦੇ ਨੇ ਦਾਤਾ ਜੀਓ ਮੈਨੂੰ ਕੋਈ ਸੇਵਾ ਬਖਸ਼ੋ, ਕੋਈ ਮਰਿਆਦਾ ਬਖਸ਼ੋ, ਤੇ ਗੁਰੂ ਨਾਨਕ ਸਾਹਿਬ ਜੀ ਨੇ ਉਸ ਵੇਲੇ ਪਹਿਲੀ ਮਰਿਆਦਾ ਜਿਹੜੀ ਹੈ ਭਾਈ ਮਰਦਾਨਾ ਜੀ ਦੇ ਉੱਤੇ ਲਾਈ ਹੈ। ਔਰ ਸਭ ਤੋਂ ਪਹਿਲੀ ਗੱਲ ਜਿਹੜੀ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਮਰਦਾਨਾ ਜੀ ਨੂੰ ਆਖੀ ਕਿ ਮਰਦਾਨਾ ਜੀ ਇਸ ਕੇਸਾਂ ਦਾ ਕਤਲ ਨਹੀਂ ਕਰਨਾ, ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਜਿੱਥੇ ਵੀ ਕੇਸ ਆਉਂਦਾ ਹੈ ਉਹਦਾ ਸਤਿਕਾਰ ਕਰਨਾ, ਉਹ ਕਟਾਉਣਾ ਨਹੀਂ, ਕਟਾਉਣਾ ਨਹੀਂ, ਕੱਟਣਾ ਨਹੀਂ, ਕਟਾਉਣਾ ਨਹੀਂ, ਪੁੱਟਣਾ ਨਹੀਂ। ਹਾਂਜੀ, ਇਹ ਸਾਰਾ ਕੁਝ ਉਹਦੀ ਬੇਅਦਬੀ ਹੈ, ਕੇਸਾਂ ਦੀ ਬੇਅਦਬੀ ਦੇ ਰੂਪ ਵਿੱਚ ਹੈ। ਜੇ ਕੁਝ ਐਸੀ ਅਵਗਿਆ ਹੁੰਦੀ ਹੈ ਉਹਦੀ ਸੰਭਾਲ ਕਰਨੀ, ਸੰਭਾਲ ਕਰਨੀ। ਦੂਜੇ ਨੰਬਰ ਤੇ ਗੁਰੂ ਸਾਹਿਬ ਜੀ ਨੇ ਆਖਿਆ ਕਿ ਪੈ ਰਹਿੰਦੇ ਰਾਤ ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਪਰਮਾਤਮਾ ਦੀ ਯਾਦ ਵਿੱਚ ਜੁੜਨਾ। ਔਰ ਤੀਜਾ ਬਚਨ ਜਿਹੜਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਕਿ ਆਏ ਗਏ ਦੀ ਸੇਵਾ ਕਰਨੀ ਹੈ। ਆਇਆ ਗਿਆ ਕੋਈ ਅਤਿਥੀ ਹੈ, ਕੋਈ ਭੁੱਖਾ ਹੈ, ਕੋਈ ਨੰਗਾ ਹੈ, ਕੋਈ ਕਿਸੇ ਕੋਈ ਲੋੜਵੰਦ ਜਿਹੜਾ ਦਰ ਦੇ ਉੱਤੇ ਆ ਗਿਆ ਉਹਦੀ ਲੋੜ ਜਿਹੜੀ ਹੈ ਉਹ ਪੂਰੀ ਕਰਨੀ ਹੈ। ਅੱਗੇ ਆਪਾਂ ਚੱਲੀਏ ਵੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਮਰਦਾਨਾ ਜੀ ਨੂੰ ਜਿਹੜਾ ਇਹ ਮਰਿਆਦਾ ਲਾ ਦਿੱਤੀ ਹੈ, ਤੇ ਜਦੋਂ ਮਰਦਾਨਾ ਜੀ ਦੇ ਪੁੱਤਰ ਨੂਰ ਨੇ ਪੁੱਛਿਆ ਅੱਬੂ ਜਾਨ, ਅੱਬੂ ਜਾਨ ਭਾਈ ਮਰਦਾਨਾ ਜੀ ਨੂੰ ਕਹਿੰਦੇ ਨੇ ਕਿ ਅੱਬੂ ਜਾਨ ਵਲੀ ਧੰਨ ਗੁਰੂ ਨਾਨਕ ਦੇਵ ਜੀ ਤੁਹਾਨੂੰ ਕਿਹੜੀ ਮਰਿਆਦਾ ਦੱਸੀ ਸੀ? ਹੁਣ ਭਾਈ ਮਰਦਾਨਾ ਜੀ ਆਪਣੇ ਪੁੱਤਰ ਨੂੰ ਕਹਿ ਰਹੇ ਨੇ ਕਿ ਧੰਨ ਗੁਰੂ ਨਾਨਕ ਦੇਵ ਜੀ ਵਲੀ ਨੇ ਪਹਿਲੀ ਮਰਿਆਦਾ ਇਹ ਲਾਈ ਸੀ ਕਿ
ਸਰੀਰ ਦੇ ਉੱਤੇ ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਜਿੱਥੇ ਵੀ ਕੇਸ ਹਨ ਉਹਨਾਂ ਦਾ ਸਤਿਕਾਰ ਕਰਨਾ, ਪੁੱਟਣਾ, ਕੱਟਣਾ ਜਾਂ ਹੋਰ ਕਿਸੇ ਤਰੀਕੇ ਨਾਲ ਇਹਦੀ ਬੇਅਦਬੀ ਨਹੀਂ ਕਰਨੀ। ਦੂਜੀ ਮਰਿਆਦਾ ਲਾਈ ਕਿ ਪਹਿਰ ਰਹਿੰਦੇ ਰਾਤ ਉੱਠ ਕੇ ਪ੍ਰਭੂ ਪਰਮਾਤਮਾ ਦੀ ਯਾਦ ਵਿੱਚ ਜੁੜਨਾ, ਤੇ ਤੀਜੀ ਮਰਿਆਦਾ ਲਈ ਆਏ ਗਏ ਦੀ ਸੇਵਾ ਕਰਨੀ। ਹੁਣ ਭਾਈ ਮਰਦਾਨਾ ਜੀ ਉਹਨਾਂ ਨੇ ਸਿੱਖੀ ਦੇ ਦਾਤ ਧੰਨ ਗੁਰੂ ਨਾਨਕ ਦੇਵ ਜੀ ਤੋਂ ਪ੍ਰਾਪਤ ਕੀਤੀ, ਔਰ ਭਾਈ ਮਰਦਾਨਾ ਜੀ ਤੋਂ ਉਹਨਾਂ ਦੇ ਸਪੁੱਤਰ ਭਾਈ ਨੂਰ ਜੀ ਨੇ ਜਿਹੜੀ ਇਹ ਦਾਤ ਪ੍ਰਾਪਤ ਕੀਤੀ, ਔਰ ਜ਼ਿੰਦਗੀ ਦੇ ਵਿੱਚ ਕਦੇ ਵੀ ਕੇਸਾਂ ਦਾ ਕਤਲ ਉਹਨਾਂ ਨਹੀਂ ਕੀਤਾ। ਹੁਣ ਇਹ ਤੋਂ ਗੁਰੂ ਘਰ ਦੀ ਜਿਹੜੀ ਇੰਨੀ ਵੱਡੀ ਅਹਿਮੀਅਤ ਹੈ, ਅਹਿਮੀਅਤ ਹੈ। ਵੇਖੋ ਵੈਸੇ ਤਾਂ ਪਹਿਲਾ ਸਿੱਖ ਜਿਹੜਾ ਹੈ ਉਹ ਬੇਬੇ ਨਾਨਕੀ ਜੀ ਨੂੰ ਮੰਨਿਆ ਜਾਂਦਾ ਹੈ, ਪਰ ਇਸ ਉਪਦੇਸ਼ ਦੇ ਪੱਖ ਤੋਂ ਜੇਕਰ ਆਪਾਂ ਗੱਲ ਕਰੀਏ ਤੇ ਇਤਿਹਾਸ ਦੇ ਵਿੱਚ ਜਿਹੜੀਆਂ ਗੱਲਾਂ ਦਰਜ ਸਾਨੂੰ ਪ੍ਰਾਪਤ ਹੁੰਦੀਆਂ ਨੇ ਉਹਨਾਂ ਦੇ ਵਿੱਚ ਭਾਈ ਮਰਦਾਨਾ ਜੀ ਇਹ ਉਪਦੇਸ਼ ਜਿਹੜਾ ਦਿੱਤਾ ਗਿਆ। ਹਾਂਜੀ, ਸੋ ਇਸ ਪੱਖ ਤੋਂ ਵੇਖਿਆ ਜਾਏ ਤੇ ਜਿਹੜੀ ਮਰਿਆਦਾ ਦੀ ਗੱਲ ਜਾਂ ਰਹਿਣ ਸਹਿਣ ਦੀ ਜਿਹੜੀ ਆਪਣੀ ਰੋਹ ਰੀਤ ਹੈ ਉਹਦੀ ਗੱਲ ਜਦੋਂ ਸ਼ੁਰੂਆਤ ਆਪਾਂ ਮੰਨਦੇ ਹਾਂ ਤੇ ਉਹ ਇਸ ਚੀਜ਼ ਦਾ ਹਵਾਲਾ ਆਪਾਂ ਨੂੰ ਪ੍ਰਾਪਤ ਹੁੰਦਾ ਜੀ। ਹੁਣ ਅੱਗੇ ਚੱਲੀਏ ਤੇ ਗੁਰੂ ਹਰਿਰਾਇ ਸਾਹਿਬ ਜੀ ਦੇ ਦਰ ਦੇ ਉੱਤੇ ਇਹ ਹਕੀਕਤ ਰਾਏ, ਉਹਨਾਂ ਦੇ ਦਾਦਾ ਲਾਲ ਚੰਦ ਉਹ ਆਏ, ਨੰਦ ਚੰਦ ਜਿਹੜੇ ਆਏ ਨੇ, ਨੰਦ ਲਾਲ ਆਏ ਨੇ, ਔਰ ਉਹਨਾਂ ਨੇ ਵੀ ਜਦੋਂ ਧੰਨ ਗੁਰੂ ਹਰਿਰਾਇ ਸਾਹਿਬ ਜੀ ਨੂੰ ਨਮਸਕਾਰ ਕੀਤੀ ਹੈ ਤੇ ਧੰਨ ਗੁਰੂ ਹਰਿਰਾਇ ਸਾਹਿਬ ਜੀ ਨੇ ਉਹਨਾਂ ਨੂੰ ਵੀ ਉਪਦੇਸ਼ ਕੀਤਾ ਹੈ ਕਿ ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਕੇਸਾਂ ਦਾ ਕਤਲ ਨਹੀਂ ਕਰਨਾ, ਟੋਪੀ ਨਹੀਂ ਪਹਿਨਣੀ ਤੇ ਤੰਬਾਕੂ ਨਹੀਂ ਵਰਤਣਾ। ਇਹ ਤਿੰਨ ਉਪਦੇਸ਼ ਧੰਨ ਗੁਰੂ ਹਰਿਰਾਇ ਸਾਹਿਬ ਜੀ ਨੇ ਵੀ ਜਿਹੜੇ ਨੇ ਉਹ ਕੀਤੇ ਨੇ। ਆਪਾਂ ਕਹਿ ਦਿੰਦੇ ਹਾਂ ਕਿਸੇ ਵੇਲੇ ਵੀ ਇਹ ਸਿੱਖੀ ਜਿਹੜੀ ਹੈ ਕੇਸ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੋਂ ਚੱਲੀ ਆਈ ਹੈ, ਨਹੀਂ, ਇਹ ਕੇਸ ਜਿਹੜੀ ਇਹਦੀ ਮੋਹਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਿਹੜੀ ਲਾ ਦਿੱਤੀ, ਆਰੰਭ ਹੋ ਗਈ ਹੈ। ਤੇ ਹੁਣ ਜਿਹੜਾ ਵਾ ਅੱਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਔਰ ਜੇ ਆਪਾਂ ਗੱਲ ਕਰ ਲਈਏ ਵੀ ਸਿੱਖ ਗੁਰੂ ਸਾਹਿਬਾਨ ਸਾਰੇ ਕੇਸਾਧਾਰੀ ਸਨ, ਔਰ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਜਿਨ੍ਹਾਂ ਨੇ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਉਹ ਸਾਰੇ ਕੇਸਾਧਾਰੀ ਸਨ। ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਦੋਂ 1699 ਦੀ ਵਿਸਾਖੀ ਵਾਲੇ ਦਿਨ ਕੇਸਗੜ੍ਹ ਦੇ ਅਨੰਦਪੁਰ ਸਾਹਿਬ ਦੇ ਵਿੱਚ ਕੇਸਗੜ੍ਹ ਦੇ ਖੁੱਲ੍ਹੇ ਮੈਦਾਨ ਦੇ ਵਿੱਚ ਖੰਡੇ ਬਾਟੇ ਦੀ ਜਦੋਂ ਦਾਤ ਬਖਸ਼ੀ ਸੀ ਤੇ ਉਸ ਵੇਲੇ ਪੰਜ ਕਕਾਰਾਂ ਦੇ ਵਿੱਚ ਇਹ ਕੇਸਾਂ ਨੂੰ ਵੀ ਸ਼ਾਮਿਲ ਕਰ ਲਿਆ ਗਿਆ। ਕਿਰਪਾਨ ਪਹਿਲੀ ਗੱਲ ਹੈ ਕੇਸ, ਦੂਜੀ ਦਾਤ ਹੈ ਉਹਨਾਂ ਦੇ ਵਿੱਚ ਕੰਘਾ, ਤੀਜੀ ਦਾਤ ਹੈ ਜਿਹੜੀ ਉਹ ਹੱਥ 'ਚ ਪਾਇਆ ਹੋਇਆ ਕੜਾ, ਔਰ ਚੌਥੀ ਦਾਤ ਹੈ ਜਿਹੜੀ ਤਲਵਾਰ ਕਿਰਪਾਨ, ਤੇ ਪੰਜਵੀਂ ਦਾਤ ਜਿਹੜੀ ਹੈ ਕਛਹਿਰਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕੇਸਾਂ ਨੂੰ ਵੀ ਕਕਾਰਾਂ ਦੇ ਵਿੱਚ ਸ਼ਾਮਿਲ ਕਰ ਲਿਆ। ਇਹ ਜਿਹੜੀ ਰਹਿਤ ਰਹਿਣੀ ਦਾ ਸਾਡਾ ਇੱਕ ਅਨਿੱਖੜ ਵਾਂਗ ਬਣ ਗਿਆ। ਖਾਲਸੇ ਦੀ ਰਹਿਤ ਰਹਿਣੀ ਜਿਹੜੀ ਹੈ ਉਹਦੀ ਆਰੰਭਤਾ ਹੀ ਮੈਂ ਸਮਝਦਾ ਕਿ ਇੱਥੋਂ ਹੁੰਦੀ ਹੈ ਕਿ ਉਹਦਾ ਜਿਹੜਾ ਸਰੂਪ ਹੈ, ਹਾਂਜੀ, ਹੈ ਨਾ, ਉਹ ਖਾਲਸਾ ਹੀ ਸਰੂਪ ਜਾਂ ਉਹਦੀ ਪਹਿਚਾਣ ਹੀ ਕੇਸਾਂ ਦੇ ਕੇਸਾਂ ਨਾਲ ਕੇਸ ਤੇ ਦਸਤਾਰ ਜਿਹੜੀ ਹੈ ਇਹ ਇੱਕ ਅਨਿੱਖੜ ਵਾਂਗ। ਪੰਜ ਕਕਾਰ ਤਾਂ ਹੈ ਹੀ ਹੈ ਨੇ, ਪਰ ਜਿਹੜੀ ਇੱਕ ਮੁੱਢਲੀ ਪਹਿਚਾਣ ਜੇ ਆਪਾਂ ਨੂੰ ਕਹਿ ਸਕਦੇ ਹਾਂ ਕਿ ਜਿਵੇਂ ਆਪਾਂ ਦੂਰੋਂ ਵੇਖ ਕੇ ਕਿਸੇ ਨੂੰ ਕਹਿੰਦੇ ਹਾਂ ਉਹ ਸਿੱਖ ਲੱਗਦਾ, ਹਾਂਜੀ, ਹੈ ਨਾ, ਹਾਂਜੀ, ਆਪਾਂ ਕਹਿ ਦਿੰਦੇ ਹਾਂ ਸਿੱਖ ਲੱਗਦਾ, ਸਿੱਖ ਲੱਗਦਾ, ਅਤੇ ਉਹ ਪਹਿਚਾਣ ਸਾਨੂੰ ਕਿੱਥੋਂ ਆਉਂਦੀ ਹੈ? ਉਹ ਦਸਤਾਰ ਦਸਤਾਰ ਕੇਸਾਂ ਤੋਂ, ਕੇਸਾਂ ਤੋਂ, ਹਾਂਜੀ ਜੀ। ਜਿੱਦਾਂ ਕੋਈ ਪੰਜ ਸੱਤ ਬੰਦੇ ਆਉਂਦੇ ਹੋਣ, ਹੁਣ ਆਪਾਂ ਕਹਿ ਨਹੀਂ ਸਕਦੇ ਵੀ ਇਹ ਬੰਦਾ ਜਿਹੜਾ ਵਾ ਇਹ ਕਿਹੜੇ ਦੇਸ਼ ਦਾ ਵਾ, ਇਹਦਾ ਮਜ਼ਹਬ ਕੀ ਆ। ਹੁਣ ਜੇ ਉਹਨਾਂ ਨੇ ਹੱਥ ਦੇ ਵਿੱਚ ਨਿਸ਼ਾਨ ਫੜੇ ਹੋਣ, ਨਿਸ਼ਾਨ ਫੜੇ ਹੋਣ, ਕੋਈ ਅਮਰੀਕਾ ਦੇ ਵਿੱਚੋਂ ਆ ਉਹਨੇ ਆਪਣਾ ਅਮਰੀਕਾ ਦਾ ਨਿਸ਼ਾਨ ਝੰਡਾ ਫੜਿਆ ਹੋਵੇ, ਕੋਈ ਹਿੰਦੁਸਤਾਨ ਦਾ ਵਾ ਉਹਨੇ ਆਪਣਾ ਹਿੰਦੁਸਤਾਨੀ ਝੰਡਾ ਫੜਿਆ ਹੋਵੇ, ਕੋਈ ਪਾਕਿਸਤਾਨ ਦਾ ਵਾ ਉਹਨੇ ਪਾਕਿਸਤਾਨੀ, ਇਹ ਕੇਸ ਜਿਹੜੇ ਨੇ ਸਾਡੇ ਚਿੰਨ੍ਹ ਨੇ। ਔਰ ਜਦੋਂ ਆਪਾਂ ਵੇਖਦੇ ਹਾਂ ਕਿ ਹਿੰਦੁਸਤਾਨ ਦਾ ਚਿੰਨ੍ਹ ਜਿਹੜਾ ਵਾ ਉਹ ਤਿਰੰਗਾ ਵਾ, ਅਮਰੀਕਾ ਦਾ ਜਿਹੜਾ ਝੰਡਾ ਵਾ ਉਹ ਉਹਨਾਂ ਦਾ ਆਪਣਾ ਵਾ, ਪਾਕਿਸਤਾਨ ਦਾ ਆਪਣਾ ਵਾ, ਇੰਗਲੈਂਡ ਦਾ ਜਾਂ ਆਪਾਂ ਹੋਰ ਦੇਸ਼ਾਂ ਦਾ ਕਹਿ ਸਕਦੇ ਆਪੋ ਆਪਣਾ ਚਿੰਨ੍ਹ ਆ। ਹੁਣ
ਕੋਈ ਜੇ ਤਿਰੰਗੇ ਤੇ ਕੋਈ ਬੇਦਬੀ ਕਰਦਾ ਵਾ ਤੇ ਹਿੰਦੁਸਤਾਨੀ ਜਿਹੜਾ ਉਹਦੇ ਵਾਸਤੇ ਮਰ ਮਿਟਣ ਵਾਸਤੇ ਤਿਆਰ ਹੋ ਜਾਂਦਾ ਵਾ। ਅਜੇ ਕਿ ਉਹ ਝੰਡਾ ਜਿਹੜਾ ਦੇਸ਼ ਨਹੀਂ ਹੈਗਾ, ਦੇਸ਼ ਦਾ ਚਿੰਨ੍ਹ ਆ, ਦੇਸ਼ ਦੀ ਪਹਿਚਾਣ ਹੈ, ਦੇਸ਼ ਦੀ ਪਹਿਚਾਣ ਆ, ਪਹਿਚਾਣ ਹੈ, ਚਿੰਨ੍ਹ ਆ, ਚਿੰਨ੍ਹ ਆ, ਤੇ ਉਹਦੇ ਵਾਸਤੇ ਮਰਨ ਮਟਣ ਵਾਸਤੇ ਤਿਆਰ ਹੋ ਜਾਂਦਾ ਵਾ। ਬਿਲਕੁਲ ਆ। ਜਿਹੜੇ ਆਪਣੇ ਫੌਜੀ ਵੀਰ ਬਾਰਡਰਾਂ ਤੇ ਰਹਿੰਦੇ ਨੇ, ਉਹ ਝੰਡਾ ਚਲਾਉਣ ਦਾ ਵਾਸਤੇ ਜਾਂ ਝੰਡਾ ਝੂਲਦਾ ਰੱਖਣ ਵਾਸਤੇ ਜਾਣਾ ਦਿੰਦੇ ਨੇ। ਹਾਂਜੀ, ਆ ਜਿਹੜੇ ਜਦੋਂ ਚੋਟੀਆਂ ਸਰ ਕੀਤੀਆਂ ਜਾਂਦੀਆਂ, ਫਿਰ ਉੱਥੇ ਜਦੋਂ ਝੰਡਾ ਗੱਡਿਆ ਜਾਂਦਾ, ਤੇ ਉਹ ਉਹਨਾਂ ਦੀ ਜਿਹੜੀ ਖੁਸ਼ੀ ਹੁੰਦੀ, ਉਹਦਾ ਅੰਤ ਹੀ ਕੋਈ ਅੰਤ ਨਹੀਂ ਕੋਈ ਹੁੰਦਾ। ਨਹੀਂ ਹੁੰਦਾ। ਸੋ ਇਹਦੀ ਆਨ ਸ਼ਾਨ ਜਿਹੜੀ ਆ ਉਹ ਬਹੁਤ ਵੱਡੀ ਗੱਲ ਹੈ। ਵੱਡੀ ਗੱਲ। ਜੀ ਹਾਂਜੀ, ਹੁਣ ਇਹ ਜਿਹੜਾ ਸਿੱਖੀ ਦਾ ਚਿੰਨ੍ਹ ਹੈ, ਇਹ ਕੇਸ ਹਨ, ਔਰ ਕੇਸਾਂ ਬਦਲੇ ਹੀ ਜਿਹੜਾ ਹੈ, ਇਸ ਕੇਸਾਂ ਨੂੰ ਕਾਇਮ ਰੱਖਣ ਬਦਲੇ ਹੀ ਜਿਹੜਾ ਵਾ ਉਹ ਨੀਹਾਂ ਦੇ ਵਿੱਚ ਵੀ ਚਿਣੇ ਗਏ, ਪਰ ਕੇਸਾਂ ਨੂੰ ਕੋਈ ਆਂਚ ਨਹੀਂ ਆਣ ਦਿੱਤੀ। ਕੇਸਾਂ ਬਦਲੇ ਹੀ ਜਿਹੜਾ ਹੈ ਖੋਪੜੇ ਵੀ ਲਵਾਏ, ਜਿੱਦਾਂ ਆਪਾਂ ਭਾਈ ਤਾਰੋ ਸਿੰਘ ਜੀ ਦਾ ਜਿਹੜਾ ਸ਼ਹੀਦੀ ਦਿਨ ਜਿਹੜਾ ਮਨਾਉਣ ਜਾ ਰਹੇ ਹਾਂ, ਔਰ ਭਾਈ ਤਾਰੂ ਸਿੰਘ ਜੀ ਨੇ ਖੋਪੜੀ ਵੀ ਲਵਾ ਲਈ, ਔਰ ਦੇਗਾਂ ਦੇ ਵਿੱਚ ਵੀ ਉਬਾਲੇ ਖਾਧੇ, ਚਰਖੜੀਆਂ ਦੇ ਉੱਤੇ ਵੀ ਚੜੇ, ਬੱਚਿਆਂ ਦੇ ਟੋਟੇ ਕਰਾ ਕੇ ਗਲਾਂ ਦੇ ਵਿੱਚ ਹਾਰ ਵੀ ਪਵਾਏ। ਇਹ ਕਿਸ ਵਾਸਤੇ? ਇਹੋ ਹੀ ਸੀ ਨਾ ਸਵਾਲ, ਵੀ ਤੁਸੀਂ ਕੇਸ ਕਤਲ ਕਰ ਦਿਓ। ਆਹੋ, ਬਿਲਕੁਲ, ਮੂਲ ਜਿਹਾ ਤਾਂ ਇਹੀ ਹੁੰਦਾ ਸੀ ਨਾ। ਹਾਂਜੀ, ਬਾਕੀ ਤਾਂ ਜੇ ਆਪਾਂ ਕਈ ਵਾਰੀ ਕਹਿ ਦਿੰਦੇ ਨਾ, ਸਿੱਖੀ ਮੰਨਦੀ ਹੁੰਦੀ ਹੈ, ਹਾਂਜੀ, ਜੇ ਉਹ ਮੰਨਦੀ ਸਿੱਖੀ ਰੱਖ ਲੈਂਦੇ ਤੇ ਫਿਰ ਅੱਜ ਤਾਂ ਫਿਰ ਅੱਜ ਹਾਂਜੀ ਅੱਜ ਕਿਹੜਾ ਸਿੱਖ ਲੱਭਦੇ ਫਿਰ। ਹਾਂਜੀ, ਅੱਜ ਤਾਂ ਆਪਾਂ ਨੂੰ ਕੋਈ ਔਖਿਆਈ ਨਹੀਂ ਨਾ, ਆਪਣੇ ਘਰ ਬੈਠੇ ਆ, ਸਾਰਾ ਕੁਝ ਸੁੱਖ ਸਹੂਲਤਾਂ ਮਾਣਦੇ ਪਏ ਆ। ਅੱਜ ਤਾਂ ਸਾਡੇ ਸਿਰਾਂ ਦੇ ਮੁੱਲ ਜਿਹੜੇ ਆਪਾਂ ਕਹਿੰਦੇ ਸਾਂ, ਉਹ ਸਿਰਾਂ ਦੇ ਮੁੱਲ ਦਾੜੇ ਕੇਸਾਂ ਕਰਕੇ ਸੀ, ਹਾਂਜੀ, ਨਹੀਂ ਤੇ ਸਿਰ ਤਾਂ ਹੋਰ ਵੀ ਸੀਗੇ। ਹਾਂਜੀ, ਸਿੱਖਾਂ ਦੇ ਸਿਰਾਂ ਦੇ ਮੁੱਲ ਦੀ ਜਦੋਂ ਆਪਾਂ ਗੱਲ ਕਰ ਰਹੇ, ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਗਏ ਤੇ ਉਹ ਕੇਸਾਂ ਕਰਕੇ ਮੁੱਲ ਪੈਂਦੇ ਸੀ। ਇੱਥੋਂ ਤੱਕ ਕਿ ਕਈ ਵਾਰੀ ਕਈ ਤੀਵੀਆਂ ਦਾ ਸਿਰ ਵੱਢ ਕੇ ਲੈ ਜਾਂਦੇ ਸੀਗੇ, ਵੀ ਇਹਦੇ ਅਜੇ ਦਾੜੀ ਨਹੀਂ ਜੀ ਆਈ, ਹਾਂਜੀ, ਕਿਉਂਕਿ ਉਹ ਲਾਲਚੀ ਲੋਕਾਂ ਨੇ ਕਈ ਕੁਝ ਕੀਤਾ। ਪਰ ਮੁੱਖ ਰੂਪ ਵਿੱਚ ਜੇ ਵੇਖਿਆ ਜਾਏ, ਜਿਹੜੀ ਗੱਲ ਦੇ ਵੱਲ ਕਹਿੰਦੇ ਜੀ ਸਾਡਾ ਧਿਆਨ ਦਵਾ ਰਹੇ ਨੇ, ਸੋ ਇਹ ਸਾਰੀਆਂ ਸ਼ਹੀਦੀਆਂ ਜਿਹਨਾਂ ਦੀ ਆਪਾਂ ਗੱਲ ਕਰਦੇ ਹਾਂ, ਚਾਹੇ 18ਵੀਂ ਸਦੀ ਦੇ ਵਿੱਚ ਹੋਈਆਂ, ਚਾਹੇ ਉਸ ਤੋਂ ਬਾਅਦ, ਚਾਹੇ ਉਸ ਤੋਂ ਪਹਿਲਾਂ, ਜਦੋਂ ਵੀ ਗੱਲ ਇਹ ਹੁੰਦੀ ਸੀ ਕਿ ਤੁਸੀਂ ਧਰਮ ਤਬਦੀਲ ਕਰ ਲਓ, ਤੇ ਸੋ ਬਾਹਰੀ ਜਿਹੜਾ ਚਿੰਨ੍ਹ ਸੀ ਉਹ ਤਾਂ ਇਹੀ ਹੁੰਦਾ ਸੀ ਨਾ, ਬਾਹਰੀ ਚਿੰਨ੍ਹ ਸਾਡੀ ਦਸਤਾਰ ਤੇ ਸਾਡੇ ਕੇਸ, ਇਹ ਇਹਨਾਂ ਦੀ ਖਾਤਰ ਹੀ ਸਾਰੀਆਂ ਸ਼ਹੀਦੀਆਂ ਹੋਈਆਂ, ਤੇ ਇਸ ਗੱਲ ਦੇ ਉੱਤੇ ਕੋਈ ਸਮਝੌਤਾ ਨਹੀਂ ਕੀਤਾ ਗਿਆ। ਤਾਂ ਹੀ ਕਹਿੰਦੇ ਨਾ, ਜਿੰਨਾ ਸਿੱਖੀ ਕੇਸਾਂ ਸਵਾਸਾਂ, ਆਖਰੀ ਸਵਾਸ ਤੱਕ ਕੇਸ ਤੇ ਸਵਾਸ ਇਕੱਠੇ ਹੀ, ਜਦੋਂ ਸਵਾਸ ਗਏ ਉਦੋਂ ਬਾਅਦ ਹੀ ਕੇਸ ਜਿਹੜੇ ਨੇ ਉਹ ਸਵਾਸਾਂ ਦੇ ਹੁੰਦੇ, ਕੇਸ ਨਹੀਂ ਗਏ, ਹੁੰਦੇ ਕੇਸ ਨਹੀਂ ਗਏ, ਇਹ ਸਰੀਰ ਦੇ ਨਾਲ ਹੀ ਸਵਾਹ ਹੋਏ ਨੇ। ਹਾਂਜੀ, ਸੋ ਇਹ ਇੱਕ ਜੀਵਨ ਦਾ ਐਸਾ ਅਨਿਖੜ ਵਾਂਗ ਹੈ ਖਾਲਸਾ। ਹਾਂਜੀ ਜੀ, ਮੈਂ ਅੱਜ ਹੀ ਪੜ੍ਹ ਰਿਹਾ ਸੀ ਈਸਾਈ ਧਰਮ ਦੇ ਵਿੱਚ, ਕਹਿੰਦੇ ਨੇ ਇੱਕ ਗਾਥਾ ਆਉਂਦੀ ਹੈ, ਕਹਿੰਦੇ ਨੇ ਕਿ ਉਹਨਾਂ ਦੀਆਂ ਕਿਤਾਬਾਂ ਦੇ ਵਿੱਚ ਵੀ ਲਿਖਿਆ ਹੋਇਆ ਵਾ ਈਸਾਈ ਧਰਮ ਦੀਆਂ 'ਚ, ਤੇ ਕਹਿੰਦੇ ਨੇ ਉਹਨਾਂ ਦੇ ਧਰਮ ਦੇ ਵਿੱਚ ਇੱਕ ਸੈਮਸਨ ਦਾ ਨਾਂ ਦਾ ਜਿਹੜਾ ਵਿਅਕਤੀ ਹੋਇਆ ਵਾ, ਤੇ ਕਹਿੰਦੇ ਨੇ ਉਹਨੇ ਜਨਮ ਤੋਂ ਲੈ ਕੇ ਕੇਸ ਕਤਲ ਨਹੀਂ ਸਨ ਕੀਤੇ, ਕੇਸਾਂ ਦਾ ਬੜਾ ਉਹ ਸਾਂਭ ਸੰਭਾਲ ਕਰਦਾ ਸੀ। ਕਹਿੰਦੇ ਨੇ ਉਹਦੇ ਵਿੱਚ ਇੰਨੀ ਕੁ ਤਾਕਤ ਸੀ ਕਿ ਉਹ ਸ਼ੇਰਾਂ ਦੇ ਨਾਲ ਵੀ ਜਿਹੜਾ ਵਾ ਬਿਨਾਂ ਹਥਿਆਰ ਤੋਂ ਲੜ ਲੈਂਦਾ ਸੀ। ਹਜ਼ਾਰ ਬੰਦਾ ਜਿਹੜਾ ਵਾ ਉਹ ਇੱਕ ਖੋਤੇ ਦੀ ਹੱਡੀ ਲੈ ਕੇ ਉਹਨਾਂ ਦਾ ਮੁਕਾਬਲਾ ਕਰ ਲੈਂਦਾ ਸੀ, ਇੰਨੀ ਤਾਕਤ ਉਸ ਬੰਦੇ ਦੇ ਵਿੱਚ, ਉਸ ਵਿਅਕਤੀ ਦੇ ਵਿੱਚ ਸੀ। ਤੇ ਕਹਿੰਦੇ ਨੇ ਫਲਸਤੀਨੀ ਜਿਹੜੇ ਨੇ ਉਹ ਬੜੇ ਉਹਦੇ ਕੋਲ ਡਰਦੇ ਸਨ ਕਿ ਇਹ ਜਿਹੜਾ ਵਾ ਇਕੱਲਾ ਹੀ 1000 ਬੰਦੇ ਦੇ ਉੱਤੇ ਭਾਰੂ ਆ, ਸਾਡੇ ਕਾਬੂ ਨਹੀਂ ਆ ਰਿਹਾ, ਉਹਨੂੰ ਆਪਣਾ ਦੁਸ਼ਮਣ ਸਮਝਣ ਲੱਗ ਪਏ ਵੀ ਇਹਨੂੰ ਹੁਣ ਮਾਰਿਆ ਕਿਵੇਂ ਜਾਵੇ, ਇਹਨੂੰ ਫੜਿਆ ਕਿਵੇਂ ਜਾਵੇ, ਕਿਸੇ ਬੰਦੇ ਦੇ ਵਿੱਚ ਇੰਨੀ ਤਾਕਤ ਨਹੀਂ ਸੀ। ਤੇ ਕਹਿੰਦੇ ਨੇ ਫਿਰ ਕੁਝ ਸਿਆਣੇ ਬੰਦੇ ਉਹਨਾਂ ਦੇ ਵਿੱਚ ਆਏ ਤੇ ਕਹਿੰਦੇ ਇਹਨੂੰ ਫੜਨ ਦਾ ਤਰੀਕਾ ਜਿਹੜਾ ਵਾ ਉਹ ਲੱਭਿਆ ਜਾਵੇ। ਕਹਿੰਦੇ ਨੇ ਕੀ ਹੋਇਆ ਵੀ ਇੱਕ ਉਹਨਾਂ ਨੇ ਕੁੜੀ ਲਿਆਂਦੀ ਗਈ, ਕੁੜੀ ਦੇ ਨਾਲ ਜਿਹੜਾ ਵਾ ਉਹ ਸੈਮਸੰਗ ਜਿਹੜਾ ਵਾ ਉਹਨੂੰ ਪ੍ਰੇਮਿਕਾ ਉਹਦੀ ਬਣਾਇਆ ਗਿਆ, ਨਾਟਕੀ ਢੰਗ ਦੇ ਨਾਲ ਪ੍ਰੇਮਿਕਾ ਬਣਾ ਕੇ, ਤੇ ਉਹਨੂੰ ਪੁੱਛਿਆ ਗਿਆ ਕਿ ਤੇਰੇ ਵਿੱਚ ਜਿਹੜੀ ਇੰਨੀ ਤਾਕਤ ਆ, ਇੰਨੇ ਬੰਦਿਆਂ ਦੇ ਨਾਲ ਤੂੰ ਲੜ ਲੈਂਦਾ ਵਾ, ਵੱਡੇ ਵੱਡੇ ਜਾਨਵਰ ਜਿਹੜੇ ਤੂੰ ਉਹ ਹੱਥਾਂ ਦੇ ਨਾਲ ਮਾਰ ਦਿੰਦਾ, ਇਹ ਤਾਕਤ ਤੇਰੀ ਆਈ ਕਿੱਥੋਂ ਵਾ?
ਤੇ ਫਿਰ ਉਹਨੇ ਦੱਸਿਆ ਵੀ ਇਹ ਤਾਕਤ ਜਿਹੜੀ ਆ ਮੈਨੂੰ ਕੇਸਾਂ ਦੇ ਵਿੱਚੋਂ ਮਿਲੀ ਆ, ਆ ਜਿਹੜੇ ਲੰਬੇ ਲੰਬੇ ਮੇਰੇ ਕੇਸ ਨੇ, ਸਰੀਰ ਦੇ ਜਿਹੜੇ ਮੇਰੇ ਕੇਸ ਨੇ, ਇਹ ਤਾਕਤ ਜਿਹੜੀ ਮੈਨੂੰ ਕੇਸਾਂ ਦੇ ਵਿੱਚੋਂ ਮਿਲੀ ਆ। ਤੇ ਫਿਰ ਉਹ ਜਿਹੜੀ ਲੜਕੀ ਹੈ ਉਹ ਜਾ ਕੇ ਉਹਨਾਂ ਨੂੰ ਦੱਸਦੀ ਹੈ ਵੀ ਇਹ ਤਾਕਤ ਜਿਹੜੀ ਉਹਨੂੰ ਕੇਸਾਂ ਦੇ ਵਿੱਚੋਂ ਮਿਲੀ ਹੈ। ਤੇ ਹੁਣ ਉਹਨਾਂ ਨੇ ਕੀ ਸੋਚਿਆ ਵਾ ਵੀ ਜੇ ਇਹਦੇ ਕੇਸ ਜਿਹੜੇ ਨੇ ਕਤਲ ਕਰ ਦਿੱਤੇ ਜਾਣ ਤੇ ਇਹਦੀ ਤਾਕਤ ਜਿਹੜੀ ਹੈ ਉਹ ਖਤਮ ਹੋ ਜਾਏਗੀ। ਕਹਿੰਦੇ ਨੇ ਫਿਰ ਉਹ ਕੁੜੀ ਨੂੰ ਜਿਹੜਾ ਵਾ ਪ੍ਰੇਮਿਕਾ ਬਣਾ ਕੇ ਭੇਜਦੇ ਨੇ, ਪੈਸਾ ਧੇਲਾ ਦਿੰਦੇ ਨੇ, ਹੋਰ ਬੜੇ ਜਿਹੜਾ ਉਹ ਉਸ ਵੇਲੇ ਦੇ ਸੈਂਤਰ ਰਚੇ ਗਏ ਨੇ। ਤੇ ਕਹਿੰਦੇ ਨੇ ਉਹ ਸੈਮਸੰਗ ਜਿਹੜਾ ਵਾ ਉਹ ਸੌ ਗਿਆ ਵਾ, ਤੇ ਕਹਿੰਦੇ ਨੇ ਕੁੜੀ ਨੇ ਜਿਹੜਾ ਉਹਦੇ ਕੇਸ ਜਿਹੜੇ ਨੇ ਕਤਲ ਕਰ ਦਿੱਤੇ ਨੇ। ਕਹਿੰਦੇ ਨੇ ਉਧਰੋਂ ਦੁਸ਼ਮਣ ਆ ਗਏ ਨੇ। ਕਹਿੰਦੇ ਨੇ ਹੁਣ ਉਹ ਜਿਹੜਾ ਸੈਮਸੰਗ ਆ ਉਹ ਗਿਆ ਵਾ, ਹੱਥ ਦੇ ਵਿੱਚ ਜਿਹੜੀ ਉਹ ਖੋਤੇ ਦੀ ਹੱਟੀ ਫੜੀ ਆ, ਪਰ ਉਹ ਹੁਣ ਤਾਕਤ ਉਹਦੇ ਵਿੱਚੋਂ ਖਤਮ ਹੋ ਚੁੱਕੀ ਹੈ, ਤਾਕਤ ਉਹਦੇ ਵਿੱਚ ਨਹੀਂ ਰਹੀ। ਕਹਿੰਦੇ ਨੇ ਉਹ ਦੁਸ਼ਮਣ ਆਏ ਨੇ, ਉਹਨਾਂ ਨੇ ਉਹਨੂੰ ਹੱਥ ਫੜ ਕੇ ਜਿਹੜੀਆਂ ਜੰਜੀਰਾਂ ਪਾ ਲਈਆਂ ਨੇ ਹੱਥਾਂ ਨੂੰ, ਹੱਥਕੜੀਆਂ, ਪੈਰਾਂ ਨੂੰ ਬੇੜੀਆਂ ਪਾ ਕੇ ਉਹਨੂੰ ਬੰਦੀ ਬਣਾ ਕੇ ਤੇ ਕੈਦਖਾਨੇ ਦੇ ਵਿੱਚ ਸੁੱਟ ਦਿੱਤਾ। ਜਦੋਂ ਉਹਦੇ ਕੇਸ ਸਾਬਤ ਸੂਰਤ ਸਨ, ਉਹਦੇ ਵਿੱਚ ਤਾਕਤ ਸੀ, ਉਹਦੇ ਲਾਗੇ ਕੋਈ ਲਾਗੇ ਨਹੀਂ ਆਉਂਦਾ, ਪਰ ਅੱਜ ਉਹਦੇ ਕੇਸ ਕਤਲ ਹੋ ਗਏ ਤੇ ਉਹ ਜਿਹੜਾ ਕੈਦ ਖਾਨੇ ਦੇ ਵਿੱਚ ਸੁੱਟਿਆ ਗਿਆ। ਮੈਂ ਸਮਝਦਾ ਵਾਂ ਵੀ ਜਿੱਦਾਂ ਹੁਣ ਆਪਣੇ ਇਤਿਹਾਸ ਦੇ ਵੱਲ ਵੇਖੀਏ, ਏਡੇ ਏਡੇ ਬੜੇ ਬੜੇ ਯੋਧੇ ਜਿਹੜੇ ਨੇ ਮਹਾਂਬਲੀ ਹੋਏ ਨੇ, ਕਿਤੇ ਮੌਤ ਕੋਲੋਂ ਵੀ ਜਿਹੜਾ ਨਹੀਂ ਸੀ ਡਰਦੇ, ਜਿਹੜੇ ਮਖੌਲਾਂ ਕਰਦੇ ਸਨ। ਆਪਾਂ ਚਮਕੌਰ ਦੀ ਗੜੀ ਰਹਿ ਲਈਏ, 10 ਲੱਖ ਫੌਜ ਤੇ 40 ਸਿੰਘ, ਉਹ ਵੀ ਭੁੱਖੇ ਭਾਣੇ, ਪਰ 40 ਸਿੰਘ ਜਿਹੜੇ ਨੇ ਉਹ 10 ਲੱਖ ਕੋਲੋਂ ਵੀ ਜਿਹੜਾ ਨਹੀਂ ਡਰਦੇ ਪਏ। ਕਿਉਂ ਨਹੀਂ ਡਰਦੇ? ਉਹਨਾਂ ਦੇ ਵਿੱਚ ਤਾਕਤ ਸੀ, ਕਿਉਂਕਿ ਉਹਨਾਂ ਦੇ ਕੇਸ ਕਾਇਮ ਸਨ। ਹੁਣ ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ, ਆਪਾਂ ਜਿਹਨਾਂ ਦਾ ਸ਼ਹਾਦਤ ਦਾ ਦਿਨ ਮਨਾਉਣ ਜਾ ਰਹੇ ਹਾਂ, ਭਾਈ ਤਾਰੂ ਸਿੰਘ ਜੀ, ਉਹ ਕਿਉਂ ਨਹੀਂ ਡਰੇ ਸਨ? ਕਿਉਂਕਿ ਉਹਨਾਂ ਦੇ ਅੰਦਰ ਤਾਕਤ ਸੀ, ਔਰ ਤਾਕਤ ਕਿੱਥੋਂ ਆਈ? ਕੇਸਾਂ ਦੇ ਵਿੱਚੋਂ। ਇਸੇ ਲਈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਹੁਕਮਨਾਮਿਆਂ ਦੇ ਵਿੱਚ ਇਹ ਕਹਿ ਦਿੱਤਾ, ਨਿਸ਼ਾਨੇ ਈ ਸਿੱਖੀ ਪੰਜ ਆਫ ਹਰ ਕਿਸ਼ਨਾ ਬਖਸ਼ ਦੀ ਪੰਜ ਮਾਫ। ਮੈਂ ਇਹਨਾਂ ਦੇ ਵਿੱਚੋਂ ਕੋਈ ਵੀ ਜਿਹੜਾ ਉਹ ਮਾਫ ਨਹੀਂ ਕਰ ਸਕਦਾ। ਔਰ ਗੁਰੂ ਸਾਹਿਬ ਜੀ ਦੇ ਹੁਕਮਨਾਮਿਆਂ ਦੇ ਵਿੱਚ ਆਉਂਦਾ ਨਾ, ਬਿਨਾਂ ਨਰ ਕੇਸੰਗ ਭੇਡ ਜਾਂ ਨਰੰਗ ਭੇਡ ਜਾਂ ਨਰ ਪਿੰਗ ਭੇਡ ਜਾਂ ਨੂੰ ਬਿਨਾਂ ਤੇ ਕੇਸੰਗ ਨਰੰਗ ਭੇਡ ਜਾਂ ਨੂੰ। ਹਾਂਜੀ, ਸ਼ਸਤਰ ਦੇ ਬਗੈਰ ਤੇ ਕੇਸਾਂ ਦੇ ਬਗੈਰ ਭੇਡਾਂ ਦੇ ਵਾਂਗੂ ਆ। ਜਿੱਦਾਂ ਭੇਡਾਂ ਦਾ ਵਾਗ ਉਹ ਇੱਕ ਇਕੱਲਾ ਹੀ ਡਾਂਗਰੀ ਜਿਹੜਾ ਹੁੰਦਾ, ਇੱਕ ਡਾਂਗ ਲੈ ਕੇ ਤੇ ਸਾਰੀਆਂ ਭੇਡਾਂ ਲਈ ਫਿਰਦਾ। ਹਾਂਜੀ, ਤੇ ਸ਼ੇਰ ਇਕੱਲਾ ਹੀ ਹੋਵੇ ਤੇ ਮੈਨੂੰ ਲੱਗਦਾ ਸਾਰਾ ਭੇਡ ਅੱਗੇ ਲੱਗਾ ਹੁੰਦਾ। ਸੋ ਇਹ ਫਰਕ ਹੁੰਦਾ। ਇੱਕ ਇਹ ਵੀ ਗੱਲ ਇੱਥੇ ਸਾਡੇ ਸਾਹਮਣੇ ਆਉਂਦੀ ਹੈ ਕਿ ਮੁਨੀਆਂ ਸਿੰਘ ਹਮੇਸ਼ਾ ਭੇਡਾਂ ਹੀ ਜਾਂਦੀਆਂ ਨੇ, ਕਦੀ ਸ਼ੇਰ ਦੀ ਮੁੱਛ ਨੂੰ ਵਾਲ ਨਹੀਂ, ਹੱਥ ਨਹੀਂ ਪਾਇਆ। ਕਦੀ ਸੁਣਿਆ ਕਿ ਫਲਾਣੇ ਨੇ ਸ਼ੇਰ ਦੀ ਮੁੱਛ ਨੂੰ ਹੱਥ ਪਾ ਲਿਆ? ਸੋ ਇਹ ਸੋਚ ਜਦੋਂ ਬੰਦੇ ਦੀ ਕਮਜ਼ੋਰ ਪੈ ਜਾਂਦੀ ਹੈ ਤੇ ਫਿਰ ਉਹ ਜਦੋਂ ਸੋਚ ਭੇਡਾਂ ਵਾਲੀ ਹੋ ਜਾਏ ਤੇ ਫਿਰ ਕੁਛ ਵੀ ਕਰਨ ਵਾਸਤੇ ਰਾਜ਼ੀ ਹੋ ਜਾਂਦਾ। ਪਰ ਜਿਹਨਾਂ ਨੂੰ ਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਉਹ ਦਲੇਰੀ, ਉਹ ਚੜ੍ਹਦੀ ਕਲਾ, ਅਤੇ ਜਿਹਨਾਂ ਨੂੰ ਆਪਾਂ ਯਾਦ ਕਰਦੇ ਪਏ ਹਾਂ, ਉਹਨਾਂ ਮਹਾਨ ਸ਼ਹੀਦਾਂ ਨੂੰ ਜਿਹਨਾਂ ਨੇ ਕਿ ਕੇਸਾਂ ਬਦਲੇ ਕੋਪਰ ਹੋਣ ਜਿਹੜੇ ਪ੍ਰਵਾਨ ਕੀਤੇ। ਸੋ ਇਹ ਵਿਚਾਰਾਂ ਦੀ ਗਾਥਾ ਆਪਣੀ ਇਵੇਂ ਜਾਰੀ ਰਹਿਣੀ, ਛੋਟਾ ਜਿਹਾ ਵਿਸ਼ਰਾਮ ਲੈ ਕੇ ਅਸੀਂ ਬਹੁਤ ਜਲਦੀ ਹਾਜ਼ਰ ਹੁੰਦੇ ਹਾਂ। ਸੰਗਤ ਜੀ, ਅਸੀਂ ਅੱਜ ਕੇਸਾਂ ਦੀ ਮਹਾਨਤਾ ਦੇ ਪਰਥਾਈ ਕੁਝ ਵਿਚਾਰਾਂ ਦੀ ਸਾਂਝ ਕਰਦੇ ਪਏ ਹਾਂ। ਸਿਰਫ ਸਿੱਖ ਇਤਿਹਾਸ ਦੇ ਪਰਿਪੇਖ ਤੋਂ ਹੀ ਨਹੀਂ, ਲਗਭਗ ਸਾਰੇ ਧਰਮਾਂ ਦੇ ਜੇ ਪਿਛੋਕੜ ਵੱਲ ਝਾਤ ਮਾਰੀਏ ਤੇ ਉੱਥੇ ਸਾਨੂੰ ਸਾਬਤ ਸੂਰਤ ਰਿਸ਼ੀ ਜਨ, ਭਗਤ ਜਨ, ਜੋਗੀ, ਫਕੀਰ, ਪੈਗੰਬਰ ਸਾਨੂੰ ਸਾਰੇ ਹੀ ਉਸ ਰੂਪ ਵਿੱਚ ਨਜ਼ਰ ਆਉਂਦੇ ਨੇ, ਨਬੀ ਆਉਂਦੇ ਨੇ, ਸਾਈ ਉਸ ਰੂਪ ਦੇ ਵਿੱਚ ਸਾਨੂੰ ਨਜ਼ਰ ਆਉਂਦੇ। ਸੋ ਬੜੀ ਮਹਾਨਤਾ ਸਾਡੇ ਹਰ ਧਰਮ ਦੇ ਵਿੱਚ ਹੀ ਕੇਸਾਂ ਦੇ ਪਰਥਾਏ। ਪਰ ਹੌਲੀ ਹੌਲੀ ਇਸ ਗੱਲ ਦੀ ਅਹਿਮੀਅਤ ਜਿਹੜੀ ਸ਼ਾਇਦ ਸਮੇਂ ਦੇ ਨਾਲ ਲੋਕਾਂ ਨੇ ਅੱਗੋਂ ਨਹੀਂ ਸਮਝੀ ਅਤੇ ਕੁਝ ਕੁਰਾਹੇ ਪੈ ਗਏ, ਅਤੇ ਉਹਦੇ ਹੀ ਵੇਖਾ ਵੇਖੀ ਹੀ ਕੁਝ ਸਿੱਖ ਵੀ ਇਸ ਰਸਤੇ 'ਤੇ ਤੁਰ ਪਏ ਕਿ ਸ਼ਾਇਦ
ਰੁੰਡ ਮਰੁੰਡ ਹੋਇਆ ਜ਼ਿਆਦਾ ਸੋਹਣਾ ਲੱਗਿਆ ਜਾਂਦਾ, ਪਰ ਜੇ ਅਸੀਂ ਧਰਮ ਦੇ ਗਿਆਨ ਤੋਂ ਜਦ ਅਸੀਂ ਗੱਲ ਕਰਦੇ ਹਾਂ ਤਾਂ ਫਿਰ ਕੋਈ ਪਿਕਚਰ ਸਾਡੇ ਸਾਹਮਣੇ ਹੋਰ ਆਉਂਦੀ ਹੈ। ਸੋ ਸਾਡੇ ਨਾਲ ਗਿਆਨੀ ਬਲਵਿੰਦਰ ਸਿੰਘ ਜੀ ਲੁਧਿਆਣੇ ਵਾਲੇ ਅੱਜ ਦੀ ਵਿਚਾਰ ਵਿੱਚ ਸ਼ਾਮਲ ਨੇ। ਸੋ ਗਿਆਨੀ ਜੀ, ਇਹ ਮੈਂ ਸਮਝਦਾ ਕਿ ਪਤਾ ਨਹੀਂ, ਸ਼ਾਇਦ ਪਹਿਲਾਂ ਤਾਂ ਕਿਤੇ ਅਣਜਾਣੇ 'ਚ ਸ਼ੁਰੂ ਹੋਈ ਹੋਣੀ ਅਤੇ ਹੁਣ ਜਾਣ ਬੁੱਝ ਕੇ ਇਹ ਸਾਰੀ ਕੁਰੀਤ ਦੇ ਪਿੱਛੇ ਚੱਲ ਪਿਆ ਸਮਾਜ। ਹਾਂਜੀ ਜੀ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਮ੍ਰਿਤ ਬਾਣੀ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਪਾਵਨ ਬਚਨ ਜੇ ਆਪਾਂ ਯਾਦ ਕਰੀਏ, ਔਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕੇਸਾਂ ਦੇ ਬਾਰੇ ਸਾਹਿਬ ਬਖਸ਼ਿਸ਼ ਕਰਦੇ ਨੇ, ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ। ਕਹਿੰਦੇ ਹੇ ਪਰਮਾਤਮਾ, ਤੇਰੇ ਬੜੇ ਸੋਹਣੇ ਕੇਸ ਨੇ, ਬੜੇ ਸੋਹਣੇ ਤੇਰਾ ਨੱਕ ਆ, ਬੜੇ ਸੋਹਣੇ ਤੇਰੇ ਦੰਦ ਨੇ, ਪਰ ਤੂੰ ਵਾਹਿਗੁਰੂ ਜੀ ਤੂੰ ਕੇਸਾਂ ਵਾਲਾ ਵਾ, ਲੰਮੇ ਵਾਲ ਨੇ ਤੇਰੇ, ਲੰਬੜੇ ਵਾਲਾ। ਹਾਂਜੀ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ ਸੰਗਤ ਜੀ। ਕਈ ਵਾਰੀ ਜਿਵੇਂ ਆਪ ਜੀ ਨੇ ਆਰੰਭ ਚ ਵੀ ਗੱਲ ਕੀਤੀ ਸੀ ਕਿ ਜਦੋਂ ਕੇਸਾਂ ਦੀ ਗੱਲ ਆਉਂਦੀ ਆਪਾਂ ਜ਼ਿਆਦਾਤਰ ਉਸਨੂੰ ਦਸਮ ਪਾਤਸ਼ਾਹ ਜੀ ਦੇ ਨਾਲ ਜੋੜਦੇ ਹਾਂ। ਇਹ ਜਿਹੜਾ ਪਵਿੱਤਰ ਬਚਨ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ, ਹਾਂਜੀ, ਸੋਹਣੇ ਨੱਕ ਇੰਨੇ ਲੰਬੜੇ ਵਾਲਾ। ਸੋ ਐਸੇ ਜ਼ਿਕਰ ਬਹੁਤ ਜਗ੍ਹਾ ਦੇ ਉੱਤੇ ਸਾਨੂੰ ਪ੍ਰਾਪਤ ਹੁੰਦੇ ਨੇ ਗੁਰੂ ਦੀ ਬਾਣੀ। ਹਾਂਜੀ ਜੀ ਹੁਣ ਕਬੀਰ ਸਾਹਿਬ ਜੀ ਕਹਿੰਦੇ ਨੇ, ਕੇਸੋ ਕੇਸੋ ਕੂਕੀ ਹੈ ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਨੇ ਕਬਹੂ ਕੈ ਸੁਨੇ ਪੁਕਾਰ। ਕੇਸੋ ਕੇਸੋ ਕੇਸਾਂ ਵਾਲਾ, ਬਿਲਕੁਲ ਕੇਸਾਂ ਵਾਲਾ ਉਹ ਵਾਹਿਗੁਰੂ ਹੈ। ਔਰ ਭਗਤ ਨਾਮਦੇਵ ਜੀ ਵੀ ਜਿਹੜਾ ਕੇਸਾਂ ਦੇ ਬਾਰੇ ਉਹ ਜ਼ਿਕਰ ਕਰਦੇ ਨੇ। ਔਰ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤਾਂ ਨੂੰ ਵੇਖ ਲਈਏ, ਭੱਟਾਂ ਨੂੰ ਵੇਖ ਲਈਏ, ਤੇ ਸਾਰੇ ਕੇਸਾਧਾਰੀ ਕੇਸਾਂ ਦਾ ਸਤਿਕਾਰ ਕਰਦੇ ਆਏ ਨੇ। ਕੇਸਾਂ ਕਾ ਕਰ ਚੌਰ ਟੁਲਾਵਾ, ਕੇਸ ਹੋਣਗੇ ਤੇ ਫੇਰ ਚੌਰ ਹੋਏਗਾ, ਚੌਰ ਹੋਏਗਾ ਨਾ। ਹਾਂਜੀ, ਕੇਸਾਂ ਕਾ ਕਰ ਚੌਰ ਟੁਲਾਵਾ, ਚਰਨ ਧੂੜ ਮੁਖ ਲਾਈ ਮੁਖ ਲਾਈ। ਇਹ ਪਵਿੱਤਰ ਗੁਰਬਾਣੀ ਦੇ ਵਿੱਚ ਸ਼ਬਦ ਨੇ ਜਿਹੜੇ ਕਿ ਇਸ ਪਾਸ ਗੱਲ ਨੂੰ ਸਪਸ਼ਟ ਕਰਦੇ ਨੇ ਕਿ ਇਹ ਚੀਜ਼ਾਂ ਉਸ ਵੇਲੇ ਆਮ ਸਨ, ਤਾਂ ਹੀ ਹਵਾਲਾ ਦਿੱਤਾ ਗਿਆ ਨਾ ਵੀ ਮੈਂ ਕੇਸਾਂ ਦਾ ਚੋਰ ਕਰਦਾ। ਹਾਂਜੀ ਜੀ, ਹੁਣ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਉਹਨਾਂ ਦੇ ਪਾਵਨ ਬਚਨ ਨੇ, ਸਾਬਤ ਸੂਰਤ ਦਸਤਾਰ ਸਿਰਾ। ਬਿਲਕੁਲ, ਸਾਬਤ ਸੂਰਤ ਦਸਤਾਰ ਸਿਰਾ। ਹਾਂਜੀ ਬਿਲਕੁਲ, ਦੇਖੋ ਸਾਰਾ ਕੁਝ ਆ ਗਿਆ, ਸਾਬਤ ਸੂਰਤ ਵੀ ਆ ਗਈ ਤੇ ਸਿਰ ਤੇ ਦਸਤਾਰ ਵੀ ਆ ਗਈ। ਜੀ ਹੁਣ ਇਹਨਾਂ ਕੇਸਾਂ ਦੇ ਬਾਰੇ ਦੁਸ਼ਮਣ ਕਹਿੰਦਾ ਵੀ ਜਿਹੜਾ ਵਾ ਉਹ ਕਹਿੰਦਾ ਵੀ ਸਿੱਖ ਦੇ ਕੇਸ ਜਿਹੜੇ ਨੇ ਉਹ ਲਾਉਣੇ ਨੇ, ਤੇ ਸਿੱਖ ਕਹਿੰਦਾ ਨਹੀਂ, ਇਹ ਸਿੱਖੀ ਜਿਹੜੀ ਆ ਮੇਰੀ ਕੇਸਾਂ ਤੇ ਸਵਾਸਾਂ ਦੇ ਨਾਲ ਨਿਭੇਗੀ। ਅੱਡੀ ਚੋਟੀ ਦਾ ਜ਼ੋਰ ਲਾ ਲਿਆ ਪਰ ਇਹ ਕੇਸ ਜਿਹੜੇ ਨੇ ਉਹ ਨਹੀਂ ਲੱਥ ਸਕੇ। ਸਵਾਸ ਪਹਿਲੋਂ ਗਏ ਨੇ, ਕੇਸ ਬਾਅਦ ਵਿੱਚ, ਭਾਵੇਂ ਕਿਸੇ ਨੇ ਲਾਏ ਹੋਣ ਚਾਹੇ ਨਾ ਲਾਏ ਹੋਣ, ਪਰ ਸਿੱਖੀ ਦੇ ਵਿੱਚ ਜਿੰਨਾ ਤੀਕਰ ਸਵਾਸ ਚੱਲੇ ਨੇ ਕਿਸੇ ਦੀ ਹਿੰਮਤ ਨਹੀਂ ਪਈ ਵੀ ਕੇਸ ਜਿਹੜੇ ਨੇ ਉਹ ਸਰੀਰ ਦੇ ਉੱਤੋਂ ਲਾਏ ਹੋਣ। ਹੁਣ ਜਿਨ੍ਹਾਂ ਦਾ ਆਪਾਂ ਸ਼ਹਾਦਤ ਦਾ ਦਿਨ ਮਨਾ ਜਾ ਰਹੇ ਹਾਂ, ਭਾਈ ਤਾਰੂ ਸਿੰਘ ਜੀ ਉਹਨਾਂ ਦਾ ਜੇ ਜੀਵਨ ਪੜ੍ਹੀਏ ਤੇ ਆਏ ਗਏ ਦੀ ਸੇਵਾ ਕਰਦੇ ਸਨ। ਭਾਈ ਤਾਰੂ ਜੀ ਪੂਲੇ ਪਿੰਡ ਦੇ ਵਿੱਚ ਰਹਿਣ ਵਾਲੇ ਜਿਹੜੇ ਲੋੜਵੰਦਾਂ ਦੀ ਸੇਵਾ ਕਰਦੇ ਸਨ, ਆਏ ਗਏ ਦੀ ਸੇਵਾ ਕਰਦੇ ਸਨ, ਜੰਗਲ ਦੇ ਵਿੱਚ ਜਿਹੜੇ ਭੁੱਖੇ ਭਾਣੇ ਸਿੱਖ ਜਿਹੜੇ ਨੇ ਲੜਦੇ ਨੇ ਉਹਨਾਂ ਨੂੰ ਜਿਹੜਾ ਪ੍ਰਸ਼ਾਦਾ ਪਾਣੀ ਛਕਾਇਆ ਕਰਦੇ ਸਨ। ਔਰ ਜੇ ਭਾਈ ਤਾਰੂ ਸਿੰਘ ਜੀ ਨੂੰ ਸਿੱਖੀ ਦੀ ਦਾਤ ਜਿਹੜੀ ਹੈ ਉਹਨਾਂ ਦੀ ਮਾਤਾ ਦੇ ਪਾਸੋਂ ਪ੍ਰਾਪਤ ਹੋਈ। ਮੈਂ ਪੜ੍ਹ ਕੇ ਬਚਨ ਹੈਰਾਨ ਹੋ ਗਿਆ ਕਿ ਜਦੋਂ ਭਾਈ ਤਾਰੂ ਸਿੰਘ ਜੀ ਉਹਨਾਂ ਸਿਪਾਹੀਆਂ ਦੇ ਨਾਲ ਲਾਹੌਰ ਦੇ ਵਿੱਚ ਚੱਲੇ ਨੇ, ਜ਼ਕਰੀਆ ਖਾਨ ਨੇ ਜਦੋਂ ਫੜਨ ਵਾਸਤੇ ਭੇਜਿਆ ਵਾ ਤੇ ਸਿਪਾਹੀਆਂ ਦੇ ਨਾਲ ਤੁਰਨ ਲੱਗੇ ਨੇ, ਕਹਿੰਦੇ ਖਲੋ ਜੋ ਮੈਨੂੰ ਆਪਣੀ ਮਾਂ ਦੇ ਦਰਸ਼ਨ ਕਰ ਆਉਣ ਦੋ, ਧੰਨ ਐਸੀ ਮਾਂ ਉਹਦੇ ਚਰਨਾਂ ਦੇ ਵਿੱਚ ਸੀਸ ਝੁਕਦਾ ਵਾ, ਐਸੀ ਮਾਂ। ਕਹਿੰਦੇ ਨੇ ਜਦੋਂ ਭਾਈ ਤਾਰੂ ਸਿੰਘ ਜੀ ਨੇ
जाके मां दे चरणा दे विच नमस्कार कीती, कहिंदे मां अज मैं प्रीख्या दे विच प्रीख्या देण वास्ते लाहौर जा रहा वा, जकरिया खान दे कोल जा रहा वा, ते मां दी असीस की सी कि बेटा मेरे लाल जीओ तेरी सिखी केसां ते स्वासां दे नाल निभ जाए। धन ऐसी मां जिहड़ी अपने पुत नूं कह रही है कि तेरी सिखी जिहड़ी है केसां ते स्वासां दे नाल निभ जाए। कहिंदे ने ਇਹੋ ਮਾਵਾਂ साईं ਜਿਹਦੇ ਸਿਰ ਦਾ ਸਾਈਂ ਨਹੀਂ ਹੈਗਾ। ਨਹੀਂ ਹੈਗਾ, ਇਹ ਪੋਤੀ ਪੁੱਤ ਸੀ ਕੋਲੇ, ਇੱਕ ਬੇਟੀ ਆ ਤੇ ਬੇਟੀ ਤੇ ਬੇਟਾ ਇੱਕ ਬੇਟੀ ਤੇ ਇੱਕ ਬੇਟਾ। ਉਹ ਮਾਂ ਆਪਣੇ ਪੁੱਤ ਨੂੰ ਤੋਰਦੀ ਪਈ ਹੈ, ਇਹ ਕਹਿ ਕੇ ਤੋਰਦੀ ਪਈ ਹੈ। ਪਤਾ ਵਾ ਕਿ ਹੁਣ ਇਹਨੇ ਵਾਪਸ ਨਹੀਂ ਵਾਪਸ ਮੁੜਨਾ, ਨਹੀਂ ਆਉਣਾ। ਇਹ ਪਤਾ ਕਿ ਇਹਨੇ ਵਾਪਸ ਨਹੀਂ ਆਉਣਾ। ਉਹਨੂੰ ਹੋਰ ਕੋਈ ਐਸਾ ਕੋਈ ਲਾਡ ਨਹੀਂ ਲੜਾ ਰਹੀ ਜਾਂ ਹੋਰ ਕੋਈ ਅਸੀਸਾਂ ਨਹੀਂ ਵਿਰਾਗ ਦੇ ਨਹੀਂ ਰਹੀ, ਕਰ ਰਹੀ, ਉਹ ਸਿਰਫ ਇਹੀ ਅਸੀਸ ਦੇ ਰਹੀ ਤੇ ਤੇਰੀ ਸਿੱਖੀ ਨਿਭ ਜਾਏ। ਨਿਭ ਜਾਏ। ਇਹ ਭਾਵਨਾ ਹੀ ਸੀਗੀ ਨਾ। ਹਾਂਜੀ ਉਹ ਮਾਮਾ ਕੋ ਪੱਥਰ ਦਿਲ ਥੋੜਾ ਸੀਗਾ, ਹਾਂਜੀ ਉਹਨਾਂ ਨੂੰ ਵੀ ਤਾਂ ਆਪਣੇ ਪੁੱਤਾਂ ਦੇ ਨਾਲ ਪਿਆਰ ਸੀ। ਪਰ ਗੱਲ ਹੁੰਦਾ ਕਿ ਕਿਸੇ ਗੱਲ ਦੀ ਕਿੰਨੀ ਕੁ ਅਹਿਮੀਅਤ ਆ ਨਾ, ਹਾਂਜੀ ਕਿਹੜੀ ਗੱਲ ਨੂੰ ਕਿੰਨੀ ਕੁ ਵਡਿਆਈ ਜਿਹੜੀ ਉਹ ਮੰਗਦੀ ਆ, ਜਾਂ ਉਹ ਕਿੰਨੀ ਅਹਿਮ ਆ ਸਾਡੇ ਵਾਸਤੇ। ਜਦੋਂ ਉਹਦੀ ਅਹਿਮੀਅਤ ਐਡੀ ਵੱਡੀ ਹੋਏ ਤੇ ਫਿਰ ਉਹਦੇ ਆਪਾਂ ਤਾਂ ਕਹਿ ਦਿੰਦੇ ਨਾ, ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੇ। ਤਾਰੇ ਪਰ ਹੁਣ ਜਦੋਂ ਬਲ ਬਲ ਜਾਣ ਦੀ ਵਾਰੀ ਆਉਂਦੀ, ਉਦੋਂ ਆਪਾਂ ਪਿਛੇ ਹਟ ਜਾਈਦਾ। ਪਿੱਛੇ ਹਟਾ ਹਟ ਜਾਂਦੇ। ਹਾਂ ਹੁਣ ਤਾਂ ਚਲੋ ਥੋੜਾ ਜਿਹਾ ਫਰਕ ਪੈ ਗਿਆ। 10 ਕੁ ਸਾਲ ਪਹਿਲਾਂ ਤਾਂ ਏਦਾਂ ਸੀ, ਕਿਸੇ ਨੇ ਵੀਜ਼ਾ ਅਪਲਾਈ ਕਰਨਾ ਹੁੰਦਾ ਸੀ ਪਹਿਲਾਂ ਹੀ ਰੁੰਡ ਮਰੁੰਡ ਕੇਸ। ਹੋ ਜਾਂਦਾ, ਹਾਂਜੀ ਪਹਿਲਾਂ ਹੀ ਵੀ ਮੈਂ ਫੋਟੋ ਹੀ ਉਹ ਵਾਲੀ ਲਾਉਣੀ ਹੈ। ਹਾਂਜੀ ਹੁਣ ਬਲ ਬਲ ਕੀ ਜਾ ਰਹੇ ਹਾਂ, ਜੇ ਗੁਰੂ ਗੁਰੂ ਦੀ ਸੋਚ ਤੋਂ ਅਸੀਂ ਵਾਰੇ ਵਾਰੇ ਨਹੀਂ ਜਾ ਰਹੇ ਤੇ ਫਿਰ ਗੁਰੂ ਤੋਂ ਵਾਰੇ ਵਾਰੇ ਕਿੱਦਾਂ ਚਲੇ ਕਿੱਦਾਂ ਜਾਵਾਂਗੇ। ਜਾਵਾਂਗੇ। ਜਿਹੜੀ ਗੱਲ ਗੁਰੂ ਸਾਹਿਬ ਨੇ, ਇਹ ਮੋਰ ਆ ਗਿਆ ਸੁਣ ਹੈ ਪਿਆਰੇ, ਬਿਨਾਂ ਤੇ ਕੇ ਸੁਣ ਦੇਹੋ ਨਾ ਦੇਹੋ ਨਾ ਦੁਆਰੇ। ਦੇ ਦਾਰੇ। ਹੁਣ ਕਿੰਨੇ ਪਿਆਰ ਦੇ ਨਾਲ ਉਹ ਵਚਨ ਕਰਦੇ ਪਏ, ਹਾਂਜੀ ਤੇ ਜੇ ਆਪਾਂ ਉਸ ਵਚਨ ਦੇ ਉੱਤੇ ਫੁੱਲ ਨਹੀਂ ਚੜਾ ਪਾ ਰਹੇ ਤੇ ਫਿਰ ਕਿਤੇ ਨਾ ਕਿਤੇ ਤਾਂ ਕਮਜ਼ੋਰੀ ਹੈ ਸਾਡੇ ਮਨ 'ਚ। ਹਾਂਜੀ ਹਾਂਜੀ ਜੀ ਕਹਿੰਦੇ ਹੁਣ ਮਾਂ ਨੂੰ ਪਤਾ ਵੀ ਹੈ ਵੀ ਇਹ ਭਾਈ ਮਨੀ ਸਿੰਘ ਦਾ ਇਤਿਹਾਸ ਮਾਂ ਦੇ ਸਾਹਮਣੇ ਆ ਕਿ ਭਾਈ ਮਨੀ ਸਿੰਘ ਨੇ ਕੇਸਾਂ ਨੂੰ ਆਂਚ ਨਹੀਂ ਆਉਣ ਦਿੱਤੀ, ਬੰਦ ਬੰਦ ਤੇ ਉਹਨਾਂ ਨੇ ਕਟਾ ਲਿਆ ਵਾ। ਸਾਹਿਬਜ਼ਾਦਿਆਂ ਦਾ ਇਤਿਹਾਸ ਮਾਂ ਦੇ ਸਾਹਮਣੇ ਆ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦਾ ਇਤਿਹਾਸ ਮਾਂ ਦੇ ਸਾਹਮਣੇ ਆ, ਕਿਉਂਕਿ ਇਹਨਾਂ ਗੁਰਸਿੱਖਾਂ ਦੀਆਂ ਹੀ ਕਥਾ ਕਹਾਣੀਆਂ ਸੁਣਾ ਸੁਣਾ ਕੇ ਭਾਈ ਤਾਰੂ ਜੀ ਨੂੰ ਮਾਂ ਨੇ ਤਿਆਰ ਕੀਤਾ ਵਾ, ਏਦਾਂ ਵੱਡਿਆਂ ਕੀਤਾ, ਏਦਾਂ ਵੱਡਿਆਂ ਕੀਤਾ ਵਾ। ਤੇ ਹੁਣ ਜਿੱਥੇ ਆਪਾਂ ਬਚਨ ਪੜ੍ਹਦੇ ਹਾਂ ਨਾ ਕਿ ਪੁੱਤਰਾਂ ਤੋਂ ਸੁਪੁੱਤ ਬਣ ਜਾਂਦੇ ਨੇ, ਜਿਹਦੀ ਮਾਂ ਬਾਪ ਦੀਆਂ ਕਥਾ ਕਹਾਣੀਆਂ ਸੁਣ ਸੁਣ ਕੇ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਨਾ। ਤੇ ਹੁਣ ਪੁੱਤ ਤੋਂ ਸੁਪੁੱਤ ਬਣ ਗਿਆ ਵਾ, ਸੁਪੁੱਤ ਉਹ ਹੁੰਦਾ ਵਾ ਜਿਹੜਾ ਮਹਾਂ ਬਾਪ ਦੇ ਕਹੇ ਦੇ ਉੱਤੇ ਫੁੱਲ ਚੜਾਵੇ। ਹੁਣ ਮਾਂ ਜਿਹੜੀ ਆ ਉਹਨੂੰ ਪਤਾ ਵੀ ਆ ਕਿ ਮੇਰਾ ਬੇਟਾ ਉਸ ਸੂਬੇ ਦੇ ਕੋਲ, ਉਸ ਜ਼ਖਰੀਏ ਦੇ ਕੋਲ ਜਾ ਰਿਹਾ ਵਾ ਜਿਹਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਜਿਹੜੇ ਨੇ ਉਹ ਕੀਤੇ ਹੋਏ ਨੇ, ਵੀ ਜਿਹੜਾ ਸਿੱਖ ਦਾ ਸਿਰ ਲਿਆਏਗਾ ਉਹਨੂੰ ਇੰਨੇ ਪੈਸੇ ਮਿਲਣਗੇ, ਜਿਹੜਾ ਸਿੱਖ ਦਾ ਪਤਾ ਦੱਸੇਗਾ ਉਹਨੂੰ ਇੰਨੇ ਪੈਸੇ ਮਿਲਣਗੇ, ਜਿਹੜਾ ਸਿੱਖ ਦਾ ਘਰ ਅੱਸੀ ਅੱਸੀ ਰੁਪਈਏ ਮੁੱਲ ਪੈ ਗਏ, 80-80 ਰੁਪਈਏ ਉਸ ਸਦੀ ਦੇ ਵਿੱਚ ਮੁੱਲ ਪੈ ਗਿਆ ਸਿੱਖਾਂ ਦੇ ਸਿਰਾਂ ਦਾ। ਮੁੱਲ ਤਾਂ ਕੀਮਤੀ ਚੀਜ਼ਾਂ ਦੇ ਪੈਂਦੇ ਨੇ, ਕੀਮਤੀ ਚੀਜ਼ਾਂ ਦੇ ਪੈਂਦੇ। ਉਸਦੇ ਥੋੜਾ ਪੈ ਜਾਂਦਾ, ਹਾਂਜੀ ਜੀ। ਇਹ ਤਾਂ ਤੇ ਕੀਮਤੀ ਸ਼ਾਇਆਂ ਜਿਹੜੀਆਂ ਨੇ ਉਹਨਾਂ ਦੇ ਹੀ ਮੁੱਲ ਪੈਂਦੇ ਨੇ ਜੀ। ਮਾਸਟਰ ਤਾਰਾ ਸਿੰਘ ਨੂੰ ਕਿਸੇ ਨੇ ਪੁੱਛਿਆ ਸੀ ਨਾ ਵੀ ਇਹ ਸਿੱਖੀ ਦੇ ਉੱਤੇ ਕਹਿਰ ਜਿਹੜਾ ਵਾ, ਜ਼ੁਲਮ ਜਿਹੜਾ ਵਾ, ਇਹ ਕਦੋਂ ਤੱਕਰ ਹੁੰਦਾ ਰਹੇਗਾ? ਤੇ ਮਾਸਟਰ ਤਾਰਾ ਸਿੰਘ ਜੀ ਨੇ ਜਵਾਬ ਦਿੱਤਾ ਸੀ ਕਿ ਕੋਈ ਕੀਮਤੀ ਚੀਜ਼ ਹੋਵੇ, ਕੀਮਤੀ ਚੀਜ਼ ਹੋਵੇ, ਹਰ ਬੰਦਾ ਚਾਹੁੰਦਾ ਵਾ ਕਿ ਮੈਂ ਉਹਨੂੰ ਚੁਰਾ ਲਵਾਂ। ਹਰ ਬੰਦਾ ਕਹਿੰਦਾ ਵਾ ਕਿ ਮੈਂ ਉਹਦੇ ਕੋਲੋਂ ਖੋਹ ਲਵਾਂ, ਚੁਰਾ ਲਵਾਂ। ਪਰ ਕਹਿੰਦੇ ਨੇ ਇਹ ਸਿੱਖੀ ਜਿਹੜੀ ਹੈ ਨਾ ਬੜੀ ਕੀਮਤੀ ਚੀਜ਼ ਆ, ਬੜੀ ਕੀਮਤੀ ਚੀਜ਼ ਆ। ਤੇ ਕਹਿੰਦੇ ਨੇ ਜਿੱਦਣ ਆ ਹੁਣ
ਸੜਕ ਦੇ ਉੱਤੇ ਰੋੜੇ ਪਏ ਨੇ, ਵੱਟੇ ਪਏ ਨੇ, ਕੋਈ ਇਹਨਾਂ ਵੱਲ ਵੇਖਦਾ ਵੀ ਨਹੀਂ ਹੈ। ਪਰ ਸਿੱਖੀ ਦੇ ਵੱਲ ਸਾਰਿਆਂ ਦਾ ਧਿਆਨ ਹੈ, ਸੋਨੇ ਵੱਲ ਸਾਰਿਆਂ ਦਾ ਧਿਆਨ ਹੀ ਹੁੰਦਾ ਵਾ, ਵੀ ਇਹ ਕੋਈ ਹੀਰੇ ਦੇ ਵੱਲ ਸਾਰਿਆਂ ਦਾ ਧਿਆਨ ਹੁੰਦਾ ਵੀ ਕਿ ਸਾਨੂੰ ਕਦੇ ਮਿਲ ਜਾਏ, ਸਾਡੀ ਗਰੀਬੀ ਕੱਟੀ ਜਾਵੇ, ਅਸੀਂ ਮਾਲਾ ਮਾਲ ਹੋ ਜਾਈਏ। ਪਰ ਕਹਿੰਦੇ ਨੇ ਇਹ ਸਿੱਖੀ ਜਿਹੜੀ ਆ ਇਹ ਬੜੀ ਮਹਿੰਗੀ ਆ, ਇਹ ਸਿੱਖੀ ਬੜੀ ਮਹਿੰਗੀ ਆ, ਤੇ ਇਹ ਸਿੱਖੀ ਜਿਹੜੀ ਆ ਹਮੇਸ਼ਾ ਵਾਸਤੇ ਜਿੰਨਾ ਤੀਕਰ ਸੰਸਾਰ ਰਹੇਗਾ, ਤੇ ਸਿੱਖੀ ਦੇ ਵੈਰੀ ਵੀ ਸਿੱਖੀ ਇਹਦੇ ਨਾਲ ਨਾਲ ਹੀ ਚੱਲਦੇ ਆ, ਈਰਖਾ ਹੁੰਦੀ, ਈਰਖਾ ਹੁੰਦੀ ਰਹੇਗੀ। ਜਿਹੜਾ ਆਪਣੇ ਤੋਂ ਥੋੜਾ ਵਧੀਆ ਹੁੰਦਾ ਉਹਦੇ ਨਾਲ ਈਰਖਾ ਹੁੰਦੀ ਆ। ਇਨਸਾਨ ਆਪਣੇ ਆਪ ਨੂੰ ਗੁਣਵਾਨ ਕਰਨ ਦੀ ਬਜਾਏ ਜਿਹੜਾ ਗੁਣਵਾਨ ਹੁੰਦਾ ਉਹਦੇ ਨਾਲ ਈਰਖਾ ਕਰੀ ਜਾਂਦਾ ਤੇ ਆਪਣਾ ਸਮਾਂ ਵਿਅਰਥ ਗਵਾਈ ਜਾਂਦਾ, ਉਹਦੇ ਨਾਲ ਕੋਈ ਬਹੁਤਾ ਲਾਭ ਨਹੀਂ ਹੋਣਾ। ਜਿਹਦੀਆਂ ਲੱਤਾਂ ਖਿੱਚੀਆਂ ਜਾ ਰਹੀਆਂ ਹੁੰਦੀਆਂ ਨੇ, ਠੀਕ ਆ ਉਹਨੂੰ ਹੋ ਸਕਦਾ ਥੋੜੇ ਸਮੇਂ ਲਈ ਕੋਈ ਮੁਸ਼ਕਲ ਆ ਰਹੀ ਹੋਵੇ, ਪਰ ਉਹਨੇ ਆਪਣੇ ਦਮ ਦੇ ਨਾਲ ਜਾਂ ਆਪਣੇ ਗੁਰੂ ਦੀ ਮਿਹਰ ਦੇ ਨਾਲ ਉਹਨੇ ਤਾਂ ਉੱਥੇ ਮੁਕਾਮ ਤੇ ਪਹੁੰਚ ਹੀ ਜਾਣਾ। ਇਹ ਆ ਕਿ ਜਿਹੜਾ ਕੰਮ ਹੋ ਸਕਦਾ ਅੱਧੇ ਘੰਟੇ 'ਚ ਹੋਣਾ ਉਹ ਘੰਟੇ 'ਚ ਹੋ ਜਾਊਗਾ, ਹਾਂਜੀ, ਪਰ ਜਿਹੜਾ ਲੱਤਾਂ ਖਿੱਚਣ 'ਚ ਲੱਗਾ ਉਹਦੇ ਪੱਲੇ ਤਾਂ ਕੁਝ ਪੱਲੇ ਕੱਖ ਨਹੀਂ ਪੈਣਾ, ਉਹਨੇ ਤਾਂ ਲੱਤਾਂ ਖਿੱਚਣ 'ਚ ਟਾਈਮ ਗਵਾ ਲਿਆ ਨਾ। ਹਾਂਜੀ, ਬਿਹਤਰ ਇਹ ਹੁੰਦਾ ਕਿ ਉਹ ਆਪਣਾ ਟਾਈਮ ਉਹ ਕਿਸੇ ਚੰਗੇ ਕੰਮ ਨੂੰ ਲਾ ਲੈਂਦਾ, ਲਾ ਲੈਂਦਾ, ਉਹ ਵੀ ਤਰੱਕੀ ਕਰ ਲੈਂਦਾ ਉਹਨੇ ਸਮੇਂ ਦੇ ਵਿੱਚ। ਪਰ ਖੈਰ ਇਹ ਈਰਖਾਬਾਜ਼ੀ ਜਿਹੜੀ ਹੈ ਇਹ ਸਮਾਜ ਦਾ ਇੱਕ ਵਰਤਾਰਾ ਚੱਲੀ ਆ ਰਹੀ ਹੈ, ਤੇ ਅਸੀਂ ਗੁਰੂ ਦੀ ਕਿਰਪਾ ਦੇ ਨਾਲ ਆਪਣੇ ਰਸਤੇ ਚੱਲਣਾ। ਜੀ ਹੁਣ ਮਾਂ ਜਿਹੜੀ ਹੈ ਉਹ ਸਾਰਾ ਕੁਝ ਜਾਣਦੀ ਹੈ, ਉਹਨੇ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਵੀ ਜਿਹੜਾ ਸਾਹਮਣੇ ਆ ਰਿਹਾ ਵਾ ਕਿ ਕਿਵੇਂ ਪੀਰ ਬੁੱਧੂ ਸ਼ਾਹ ਜਿਹੜੇ ਨੇ ਭੰਗਾਣੀ ਦੇ ਜੰਗ ਦੇ ਵਿੱਚ ਆਪਣੇ 4 ਬੇਟੇ ਲੈ ਕੇ ਆਏ ਸਨ, ਤੇ 2 ਬੇਟੇ ਸ਼ਹੀਦ ਹੋ ਗਏ ਨੇ, ਭਰਾ ਸ਼ਹੀਦ ਹੋ ਗਿਆ, ਚੇਲੇ ਮਰੀਦ ਸ਼ਹੀਦ ਹੋ ਗਏ ਨੇ, ਤੇ ਜਦੋਂ ਪੀਰ ਬੁੱਧੂ ਸ਼ਾਹ ਆਪਣੇ ਨਗਰ ਸੰਡੋਰੇ ਨੂੰ ਵਾਪਸ ਜਾਣ ਲੱਗਾ ਵਾ, ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਵੇਲੇ ਕਹਿੰਦੇ ਨੇ ਪੀਰ ਬੁੱਧੂ ਸ਼ਾਹ ਤੇਰੀ ਬੜੀ ਵੱਡੀ ਕੁਰਬਾਨੀ ਹੈ, ਤੇਰੇ ਬੇਟੇ ਸ਼ਹੀਦ ਹੋ ਗਏ ਨੇ, ਭਰਾ ਸ਼ਹੀਦ ਹੋ ਗਿਆ, ਚੇਲੇ ਮਰੀਦ ਸ਼ਹੀਦ ਹੋ ਗਏ ਨੇ, ਮੰਗਲਾ ਗੁਰੂ ਨਾਨਕ ਦੇ ਦਰ ਤੋਂ ਜੋ ਮੰਗਣਾ ਹੀ ਹੁਣ ਕੋਈ ਸਾਡੇ ਵਰਗਾ ਹੁੰਦਾ, ਕੋਈ ਲੋਭੀ ਲਾਲਚੀ ਹੁੰਦਾ, ਕੋਈ ਦੌਲਤ ਮੰਗਦਾ, ਕੋਈ ਧਨ ਮੰਗਦਾ, ਕੋਈ ਬਾਦਸ਼ਾਹੀਆਂ ਮੰਗਦਾ, ਕੋਈ ਵਜ਼ੀਰੀਆਂ ਮੰਗਦਾ, ਪਰ ਪੀਰ ਬੁੱਧੂ ਸ਼ਾਹ ਜਿਨ੍ਹਾਂ ਦੇ ਅੰਦਰ ਪਿਆਰ ਭਰਿਆ ਹੋਇਆ ਵਾ ਗੁਰੂ ਚਰਨਾਂ ਦੇ ਉੱਤੋਂ ਕੁਰਬਾਨ ਹੋਣ ਵਾਸਤੇ ਜਿਹੜੇ ਆਪਣੇ ਬੇਟਿਆਂ ਨੂੰ ਲੈ ਕੇ ਆਏ ਨੇ, ਤੇ ਕਹਿੰਦੇ ਨੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੇਸਾਂ ਦੇ ਵਿੱਚ ਕੰਘਾ ਕਰਕੇ ਹਟੇ ਸਨ, ਤੇ ਕੇਸਾਂ ਸਮੇਤ ਕੰਘਾ ਜਿਹੜਾ ਕੇਸ ਕੰਘੇ ਦੇ ਵਿੱਚ ਚੜੇ ਹੋਏ ਸਨ, ਤੇ ਪੀਰ ਬੁੱਧੂ ਸ਼ਾਹ ਨੇ ਹੱਥ ਜੋੜੇ ਕਹਿੰਦੇ ਦਾਤਾ ਜੀਓ, ਜੇ ਬਖਸ਼ਿਸ਼ ਦੇ ਘਰ ਦੇ ਵਿੱਚ ਆਏ ਜੇ ਨਾ, ਮੇਹਰਾਂ ਦੇ ਘਰ ਦੇ ਵਿੱਚ ਆਏ ਜੇ, ਤੇ ਆ ਕੰਘਾ ਕੇਸਾਂ ਸਮੇਤ ਮੇਰੀ ਝੋਲੀ ਦੇ ਵਿੱਚ ਪਾ ਦਿਓ। ਇਹ ਸੰਗਿਆਂ ਦੀ ਗੱਲਾਂ ਨੇ ਨਾ, ਉਹ ਜਿਹਨੂੰ ਕੀਮਤ ਪਤਾ ਹੋਏ ਉਸ ਚੀਜ਼ ਦੀ ਕੀ ਕੀਮਤ ਹੈ, ਹਰ ਦੋ ਆਲਮ ਕੀਮਤ ਯਕਤਾਰ ਮੂਏ ਯਾਰ ਹਰ ਦੋ ਆਲਮ। ਇਹ ਤਾਂ ਕੋਈ ਭਾਈ ਨੰਦ ਲਾਲ ਜੀ ਵਰਗਾ ਹੀ ਸਮਝ ਸਕਦਾ, ਫਿਰ ਬੁੱਧੂ ਸ਼ਾਹ ਵਰਗਾ ਹੀ ਸਮਝ ਸਕਦਾ ਇਹ ਕੀ ਹੈ। ਜਿਹਨਾਂ ਨੂੰ ਸਮਝ ਆ ਜਾਂਦੀ ਉਹ ਖੱਟ ਜਾਂਦੇ ਨੇ, ਹਾਂਜੀ, ਕੁਝ ਵੈਸੇ ਸਮਾਂ ਲੰਘਾ ਜਾਂਦੇ ਨੇ। ਜੀ ਭਾਈ ਸਾਹਿਬ ਜੀ, ਹਾਂ, ਤੇ ਹੁਣ ਇਹ ਸਾਰਾ ਇਤਿਹਾਸ ਮਾਂ ਭਾਈ ਤਾਰੂ ਸਿੰਘ ਦੀ ਮਾਂ ਨੂੰ ਸਾਹਮਣੇ ਆ ਰਿਹਾ ਅੱਖਾਂ ਦੇ, ਕਿ ਮਾਂ ਕਹਿੰਦੀ ਹੈ ਬੇਟਾ ਭਾਵੇਂ ਲੱਖ ਮੁਸੀਬਤਾਂ ਆ ਜਾਣ, ਭਾਵੇਂ ਸੀਸ ਦੇ ਨਾਲੋਂ ਧੜ ਅਲੱਗ ਹੋ ਜਾਵੇ, ਭਾਵੇਂ ਭਾਈ ਮਨੀ ਸਿੰਘ ਵਾਂਗੂ ਬੰਦ ਬੰਦ ਵੀ ਕੱਟਿਆ ਜਾਵੇ, ਪਰ ਇਹ ਸਿੱਖੀ ਜਿਹੜੀ ਹੈ ਕੇਸਾਂ ਤੇ ਸਵਾਸਾਂ ਦੇ ਨਾਲ ਨਿਭਾਉਣੀ ਹੈ, ਕੇਸਾਂ ਸਵਾਸਾਂ ਦੇ ਨਾਲ ਇਹ ਸਿੱਖੀ ਜਿਹੜੀ ਹੈ ਨਿਭਣੀ ਚਾਹੀਦੀ ਹੈ। ਮੈਂ ਕਹਿੰਦਾ ਵਾ ਵੀ ਧੰਨ ਭਾਈ ਤਾਰੂ ਸਿੰਘ ਦੀ ਮਾਂ, ਅੱਜ ਜਦੋਂ ਆਪਾਂ ਬਾਜ਼ਾਰ ਦੇ ਵਿੱਚ ਜਾਂ ਕਿਤੇ ਜਾਈਏ ਨਾ, ਤੇ ਮਾਂ ਨੇ ਅੰਮ੍ਰਿਤ ਵੀ ਛਕਿਆ ਹੁੰਦਾ ਵਾ, ਮਾਂ ਨੇ ਕੇਸਕੀ ਵੀ ਸਜਾਈ ਹੁੰਦੀ ਹੈ, ਪੂਰੀ ਬਾਣੇ ਦੇ ਵਿੱਚ ਹੁੰਦੀ ਹੈ, ਤੇ ਪੁੱਤ ਅੱਗੇ ਜਿਹੜਾ ਮੋਟਰਸਾਈਕਲ ਕਾਰ ਚਲਾਉਣ ਵਾਲਾ ਉਹ ਕਲੀਨ ਸ਼ੇਪ ਹੁੰਦਾ ਵਾ। ਇੱਕ ਪਾਸੇ ਮਾਂ ਭਾਈ ਤਾਰੂ ਸਿੰਘ ਦੀ, ਇੱਕ ਪਾਸੇ ਅੱਜ ਦੀ ਮਾਂ। ਪਰ ਭਾਈ ਤਾਰੂ ਸਿੰਘ ਦੀ ਮਾਂ ਜਿਹੜੀ ਹੈ ਉਹ ਅਸੀਸਾਂ ਦੇ ਕੇ ਭਾਈ ਤਾਰੂ ਸਿੰਘ ਨੂੰ ਤੁਰਦੀ ਹੈ, ਕਹਿੰਦੀ ਬੇਟਾ ਮੈਨੂੰ ਪੂਰਨ ਯਕੀਨ ਹੈ, ਪੂਰਾ ਭਰੋਸਾ ਤੇਰੇ ਤੇ
कि तू सिखी नूं केसां ते सवासां दे नाल नभाएगा। बिल्कुल, ये भी एक एक बड़ा दुख की रग जिहदे ते तुसां ने हाथ धरिया। मैनूं याद आ गई तुहाडी ये गल सुन के कि मावां अमृतधारी भी ने, दस्तारधारी भी ने, पर बच्चे जिहड़े ने ਉਹ ਲੀਓ ਲੱਥ ਜਾਂਦੇ ਨੇ। ਜਦੋਂ ਅਸੀਂ ਮੋਹਾਲੀ ਸੀਗਾ ਨਾ ਆਪਣਾ ਸਟੂਡੀਓ, ਉਦੋਂ ਦੀ ਮੈਨੂੰ ਗੱਲ ਯਾਦ ਆਈ। ਕਿਸੇ ਭੈਣ ਦਾ ਫੋਨ ਆਇਆ, ਉਦੋਂ ਤੋਂ ਪ੍ਰੋਗਰਾਮ ਸ਼ੁਰੂ ਹੋਇਆ ਸੀ, 2012 ਦੀ ਗੱਲ ਹੈ। ਉਹ ਬੜੀ ਇੱਦਾਂ ਹੀ ਅਸੀਂ ਕੋਈ ਪ੍ਰੋਗਰਾਮ ਕੀਤਾ ਇਸੇ ਪ੍ਰਥਾ ਕਿਤੇ ਆਪਣੇ ਇੱਕ ਨੂੰ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕੀਤੀ, ਅਤੇ ਉਹਦਾ ਮੈਨੂੰ ਬਾਅਦ 'ਚ ਫੋਨ ਆਇਆ ਕਿ ਵੀਰ ਜੀ ਮੈਂ ਦੱਸੋ ਕੀ ਕਰਾਂ, ਮੇਰਾ ਬੱਚਾ ਨਿਤਨੇਮੀ ਸੀ, ਸਾਰਾ ਕੁਝ ਬੜਾ ਵਧੀਆ ਸੀ, ਪਤਾ ਨਹੀਂ ਕੀ ਇੱਕ ਸੰਗਤ ਮਾਰ ਗਈ ਕਾਲਜ 'ਚ ਜਦੋਂ ਦਾ ਗਿਆ, ਅਤੇ ਕਿਹੜੇ ਪੁਠੇਰਾ ਹੀ ਪੈ ਗਿਆ। ਸੋ ਮਾਵਾਂ ਦੇ ਦਿਲ ਵੀ ਕਈਆਂ ਦੇ ਬੜੇ ਬਲੂੰਦਰੇ ਜਾਂਦੇ ਨੇ। ਕਈ ਮਾਵਾਂ ਤਾਂ ਬਿਲਕੁਲ ਦੂਜੇ ਪਾਸੇ ਵੀ ਹੁੰਦੀਆਂ ਨੇ, ਕਿਉਂਕਿ ਉਹਨਾਂ ਨੇ ਆਪਣਾ ਬਹੁਤਾ ਨਹੀਂ ਸਾਂਭਿਆ ਹੁੰਦਾ, ਅਤੇ ਫਿਰ ਦੂਸਰੇ ਦਾ ਕੀ ਸਾਂਭਣਾ ਹੁੰਦਾ। ਪਰ ਕਈ ਮਾਵਾਂ ਜਿਹੜੀਆਂ ਨੇ ਉਹ ਬਹੁਤ ਤੜਫਦੀਆਂ ਨੇ। ਉਹਨਾਂ ਪੁੱਤਾਂ ਨੂੰ ਬੇਨਤੀ ਆ ਕਿ ਆਪਣੀਆਂ ਮਾਵਾਂ ਨੂੰ ਨਾ ਤੜਫਾਇਆ ਕਰ, ਤੜਫਾਇਆ ਕਰ। ਪਿੱਛੇ ਵੀ ਆ ਇੱਕ ਗੱਲ, ਯਾਨੀ ਜੀ ਆਪਾਂ ਪ੍ਰੋਗਰਾਮ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਥਾਏ ਕੀਤਾ, ਅਤੇ ਉਹਦੇ 'ਚ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜਿਹੜੇ ਹੈੱਡ ਗ੍ਰੰਥੀ ਨੇ, ਪਹਿਲਾਂ ਬੰਗਲਾ ਸਾਹਿਬ ਸੀ, ਹੁਣ ਸੀਸਗੰਜ ਸਾਹਿਬ ਨੇ, ਉਹਨਾਂ ਨੇ ਸਾਂਝੀ ਕੀਤੀ ਸੀ। ਇਸ ਅਕੈਡਮੀ ਦਾ ਹੀ ਇੱਕ ਗੁਰਮੁਖ ਪਰਿਵਾਰ ਸੀ, ਉਹਨਾਂ ਦਾ ਬੜਾ ਹੋਣਹਾਰ ਬੱਚਾ ਸੀ, ਕੋਈ ਦਿੱਲੀ ਤੋਂ ਕਿਤੇ ਬੰਬੇ ਪੜ੍ਹਨ ਚਲਾ ਗਿਆ, ਅਤੇ ਉੱਥੇ ਜਾ ਕੇ ਉਹ ਤਿਲਕਣਬਾਜ਼ੀ 'ਚ ਪੈ ਗਿਆ। ਪਰ ਉਹਨਾਂ ਨੇ ਫਿਰ ਬੜਾ ਸਟੈਂਡ ਲਿਆ, ਉਹ ਕਹਿੰਦੇ ਵੀ ਉਹਨਾਂ ਨੇ ਉਹਨਾਂ ਨੂੰ ਕਰ ਦਿੱਤਾ ਵੀ ਠੀਕ ਆ, ਹੁਣ ਤੂੰ ਆਪਣੇ ਰਾਹੇ ਅਤੇ ਅਸੀਂ ਆਪਣੇ ਰਾਹੇ, ਸਾਡੇ ਘਰ ਦੇ ਦਰਵਾਜ਼ੇ ਤੇਰੇ ਲਈ ਬੰਦ। ਉਹਨਾਂ ਨੇ ਦੱਸੀ, ਖੈਰ ਆਪ ਸੰਗਤਾਂ ਨੇ ਸੁਣੀ ਹੋਏਗੀ, ਉਹ ਇੱਕ ਸਖ਼ਤ ਸਟੈਂਡ ਜਿਹੜਾ ਲਿਆ, ਅਤੇ ਬੱਚੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ, ਮੈਂ ਕਿੱਥੇ ਦਾ ਫੁੱਲ ਸੀ ਅਤੇ ਮੈਂ ਕਿੱਥੇ ਜਾ ਕੇ ਡਿੱਗਿਆ, ਕਿੱਥੇ ਅਰਸ਼ਾਂ ਦਾ ਤਾਰਾ ਸੀ ਅਤੇ ਕਿੱਥੇ ਮੈਂ ਕਿਸੇ ਗਲੀ ਦੇ ਨਾਲੀ ਦੇ ਵਿੱਚ ਮੈਂ ਜਾ ਕੇ ਗੁਰੂ ਦੀ ਇੱਜ਼ਤ ਜਿਹੜੀ ਆ ਉਹਨੂੰ ਉੱਥੇ ਸੁੱਟ ਆਇਆ। ਫਿਰ ਉਹਨੂੰ ਅਹਿਸਾਸ ਹੋਇਆ, ਫਿਰ ਉਹ ਮੁੜਿਆ, ਅਤੇ ਫਿਰ ਖੈਰ ਉਹ ਲੀਹ 'ਤੇ ਆ ਗਿਆ। ਸੋ ਇਹ ਤਾਂ ਆਪਣੇ ਆਪਣੇ ਢੰਗ ਦੇ ਨਾਲ, ਹਰ ਕੇਸ ਜਿਹੜਾ ਆਪਾਂ ਵੱਖੋ ਵੱਖਰਾ ਹੁੰਦਾ, ਉਹਨੂੰ ਕਿਸ ਢੰਗ ਦੇ ਨਾਲ ਨਜਿੱਠਿਆ ਜਾਏ। ਨਜਿੱਠਣਾ ਇਸ ਲਈ ਆ ਕਿ ਜਿਹੜੀ ਸੋਚ ਹੈ, ਜਿਹੜੀ ਸਾਡੀ ਸੀਰਤ ਹੈ, ਜਿਹੜੀ ਸਾਡੀ ਸੂਰਤ ਹੈ, ਗੁਰੂ ਵਾਲੀ ਬਣੀ ਰਹੇ। ਹਾਂਜੀ, ਕਿਉਂਕਿ ਜਿਹਦੀ ਸ਼ਕਲ ਆਪਣੇ ਪਿਓ ਨਾਲ ਨਹੀਂ ਨਾ ਰਲਦੀ, ਹਾਂਜੀ, ਉਹਨੂੰ ਦੁਨੀਆ ਫਿਰ ਕਈ ਤਰ੍ਹਾਂ ਦੇ ਤਾਨੇ ਮੀਣੇ ਮਾਰਦੀ। ਸੋ ਆਪਾਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ। ਜੀ ਹਾਂਜੀ। ਹੁਣ ਭਾਈ ਤਾਰੂ ਸਿੰਘ ਜੀ ਉਹਨਾਂ ਸਿਪਾਹੀਆਂ ਦੇ ਨਾਲ ਜਦੋਂ ਲਾਹੌਰ ਸੂਬੇ ਦੇ ਕੋਲ ਪਹੁੰਚਿਆ ਵਾ, ਤੇ ਕਹਿੰਦੇ ਨੇ ਸੂਬੇ ਦੇ ਨਾਲ ਜਿਹੜਾ ਅੰਮ ਸਾਹਮਣੇ ਵਿਚਾਰ ਹੋਏ ਨੇ, ਭਾਈ ਤਾਰੂ ਸਿੰਘ ਨੇ ਪਹਿਲੀ ਗੱਲ ਜਾਂਦੇ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਹੈ, ਜਿੱਦਾਂ ਛੋਟੇ ਸਾਹਿਬਜ਼ਾਦੇ ਨੇ ਬੁਲਾਈ ਸੀ, ਸਾਰੀ ਕਚਹਿਰੀ ਹਿੱਲ ਗਈ ਹੈ। ਤੇ ਭਾਈ ਤਾਰੂ ਸਿੰਘ ਜੀ ਦੀ ਫਤਿਹ ਸੁਣ ਕੇ ਜਿਹੜਾ ਉੱਥੋਂ ਦੇ ਮੌਲਵੀ ਸਨ ਜਾਂ ਉਸ ਵੇਲੇ ਕਚਹਿਰੀ ਦੇ ਵਿੱਚ ਬੈਠੇ ਹੋਏ ਲਖਪਤ ਵਰਗੇ ਜਿਹੜੇ ਸਨ, ਉਹ ਬੜੇ ਕਰਿਜੇ ਹੋਏ ਨੇ। ਕਹਿੰਦੇ ਨੇ ਇਹ ਗੁਰੂ ਦਰਬਾਰ ਨਹੀਂ ਹੈਗਾ, ਗੁਰੂ ਘਰ ਨਹੀਂ ਹੈਗਾ ਜਿੱਥੇ ਤੂੰ ਆਣ ਕੇ ਫਤਿਹ ਬੁਲਾ ਦਿੱਤੀ ਹੈ, ਇੱਥੇ ਝੁੱਕ ਕੇ ਸੂਬੇ ਨੂੰ ਸਲਾਮ ਕੀਤਾ ਜਾਂਦਾ ਵਾ। ਕਹਿੰਦਾ ਨਹੀਂ, ਸਲਾਮ ਨਹੀਂ, ਸਾਡੇ ਗੁਰੂ ਨੇ ਫਤਿਹ ਬਖਸ਼ੀ ਹੈ, ਝੁੱਕਦੇ ਅਸੀਂ ਕੇਵਲ ਗੁਰੂ ਵਾੜੀ ਹਾਂ, ਤੇ ਸਲਾਮ ਨਹੀਂ ਕਰ ਸਕਦੇ, ਫਤਿਹ ਬੁਲਾ ਦਿੱਤੀ ਹੈ, ਵਿਚਾਰ ਵਟਾਂਦਰੇ ਹੋਏ ਨੇ। ਤੇ ਸੂਬਾ ਕਹਿੰਦਾ ਵਾ ਕਿ ਗੱਲਾਂ ਬਾਤਾਂ ਚੱਲਦਿਆਂ ਚੱਲਦਿਆਂ ਸੂਬਾ ਕਹਿੰਦਾ ਵਾ ਵੀ ਇਹ ਜਿਹੜਾ ਖਾਲਸਾ ਜਿਹੜਾ ਤੁਰਿਆ ਫਿਰਦਾ, ਮੈਨੂੰ ਮਕਾਉਣ ਵਾਸਤੇ ਪੂਰਾ ਜ਼ੋਰ ਲਾ ਦਿੱਤਾ ਵਾ, ਮੈਂ ਇਸ ਖਾਲਸੇ ਦੇ ਵਾਲ ਜਿਹੜੇ ਨੇ ਸਿਰ ਤੋਂ ਜੁੱਤੀਆਂ ਮਾਰ ਮਾਰ ਕੇ ਝਾੜ ਦਿੰਦੇ, ਐਸੇ ਕੁਬਚਨ ਜਿਹੜੇ ਨੇ ਕਬੋਲ ਬੋਲੇ ਨੇ। ਤੇ ਭਾਈ ਤਾਰੂ ਸਿੰਘ ਜੀ ਜਿਹੜੇ ਨੇ ਇਹ ਵੀ ਥੋੜਾ ਜਿਹਾ ਰੋਹ ਦੇ ਵਿੱਚ ਆ ਗਏ ਨੇ, ਜਦੋਂ ਆਖਿਆ ਵੀ ਜਿਹੜੇ ਕੇਸਾਂ ਖਿਲਾਫ਼ ਜਦੋਂ ਬੋਲਿਆ ਵਾ, ਤੇ ਭਾਈ ਤਾਰੂ ਸਿੰਘ ਜੀ ਨੇ ਕਹਿ ਦਿੱਤਾ ਕਿ ਸੂਬਿਆ ਗੱਲ ਜਿਹੜੀ ਦੇ ਧਿਆਨ ਦੇ ਨਾਲ ਕਰ, ਇਹ ਜੁੱਤੀ ਉਹਨਾਂ ਦੇ ਸਿਰ ਨਹੀਂ ਇਹ ਤੇਰੇ ਸਿਰ ਵੱਜਣੀ ਆ ਵਾ।
ਤੇ ਕਹਿੰਦੇ ਨੇ ਜਦੋਂ ਇੰਨੀ ਗੱਲ ਕਹੀ ਤੇ ਸੂਬਾ ਜਿਹੜਾ ਬੜਾ ਲਾਲ ਪੀਲਾ ਹੋ ਗਿਆ, ਕਹਿੰਦਾ ਜਾਓ ਫੜੋ ਇਹ ਭਾਈ ਤਾਰੂ ਸਿੰਘ ਨੂੰ, ਇਹਨੂੰ ਜਾ ਕੇ ਇਹਦੇ ਕੇਸ ਜਿਹੜੇ ਨੇ ਉਹ ਕਤਲ ਕਰ ਦਿਓ। ਕਹਿੰਦੇ ਨੇ ਉਸ ਵੇਲੇ ਦੇ ਜਿਹੜੇ ਕੇਸ ਕੱਟਣ ਵਾਲੇ ਸਨ ਤੇ ਉਹਨਾਂ ਨੂੰ ਬੁਲਾਇਆ ਗਿਆ ਵਾ, ਭਾਈ ਤਾਰੂ ਸਿੰਘ ਨੂੰ ਲੈ ਗਏ ਨੇ। ਤੇ ਕਹਿੰਦੇ ਨੇ ਉਸ ਵੇਲੇ ਕੇਸ ਕੱਟਣ ਵਾਲਿਆਂ ਨੇ ਆਪਣਾ ਪੂਰਾ ਜ਼ੋਰ ਲਾ ਦਿੱਤਾ ਵਾ ਕੈਂਚੀਆਂ ਤੇ ਉਸਤਰਿਆਂ ਦੇ ਨਾਲ, ਪਰ ਗੁਰੂ ਦੀ ਬਖਸ਼ਿਸ਼, ਜਿਹਨੂੰ ਗੁਰੂ ਨੇ ਆਖਿਆ ਇਹ ਮੇਰੀ ਮੋਹਰ ਆ, ਤੇ ਕਹਿੰਦੇ ਨੇ ਬ੍ਰਹਮ ਗਿਆਨੀ ਭਾਈ ਤਾਰੂ ਸਿੰਘ ਜੀ ਬ੍ਰਹਮ ਦੇ ਨਾਲ ਇੱਕਮਿੱਕ ਹੋਏ। ਕਹਿੰਦੇ ਨੇ ਪੂਰਾ ਜ਼ੋਰ ਲਾ ਦਿੱਤਾ ਪਰ ਉਹ ਕੇਸ ਜਿਹੜੇ ਨੇ ਉਹ ਕੱਟੇ ਨਹੀਂ ਗਏ। ਫਿਰ ਦੂਜਾ ਆਇਆ ਕਾਜੀ ਜਿਹੜਾ ਬੜਾ ਖਿਝਦਾ ਪਿਆ ਵਾ ਵੀ ਕੇਸ ਕਤਲ ਕਿਉਂ ਨਹੀਂ ਹੋ ਰਹੇ। ਕਹਿੰਦੇ ਕਾਜੀ ਸਾਹਿਬ ਆਣ ਕੇ ਆਪ ਵੇਖ ਲਓ ਇਹ ਕੇਸ ਕਤਲ ਕਿਉਂ ਨਹੀਂ ਹੁੰਦੇ। ਕਹਿੰਦੇ ਨੇ ਕਾਜੀ ਨੇ ਕੈਂਚੀ ਫੜੀ ਆ, ਪਰ ਕਹਿੰਦੇ ਨੇ ਜਦੋਂ ਕੇਸਾਂ ਦੇ ਲਾਗੇ ਜਾਂਦੀ ਹੈ ਤੇ ਜਿੱਦਾਂ ਬਿਜਲੀ ਪੈਂਦੀ ਹੈ ਨਾ, ਇਸ ਤਰ੍ਹਾਂ ਕੈਂਚੀ ਦੇ ਵਿੱਚੋਂ ਅੱਗ ਨਿਕਲਦੀ ਹੈ, ਇਹ ਕੇਸ ਜਿਹੜੇ ਉਹ ਕਤਲ ਨਹੀਂ ਹੋ ਰਹੇ। ਕਹਿੰਦੇ ਨੇ ਫਿਰ ਸੂਬੇ ਦੇ ਕੋਲ ਗਏ ਨੇ ਤੇ ਇੰਨੀ ਗੱਲ ਜਦੋਂ ਭਾਈ ਤਾਰੂ ਸਿੰਘ ਜੀ ਨੇ ਕਹਿ ਦਿੱਤੀ ਵੀ ਇਹ ਛਿੱਤਰ ਜਿਹੜੇ ਨੇ ਇਹ ਤੇਰੇ ਸਿਰ ਚ ਵੱਜਣਗੇ। ਜਿਹੜੀ ਜੁੱਤੀ ਦੀ ਤੂੰ ਗੱਲ ਕਰਦਾ, ਜੁੱਤੀ ਦੀ ਨੋਕ ਦੀ ਲਾ ਕੇ ਲੈ ਕੇ ਖੜਾਂਗੇ। ਕਹਿੰਦੇ ਨੇ ਉਦੋਂ ਤਿਕਰ ਜਿਹੜਾ ਸੂਬੇ ਨੂੰ ਜਿਹੜਾ ਬੰਨ ਪੈ ਚੁੱਕਿਆ ਸੀ ਤੇ ਕਹਿੰਦੇ ਨੇ ਵੀ ਜੇ ਕੇਸ ਕਤਲ ਨਹੀਂ ਹੁੰਦੇ, ਸੂਬੇ ਨੇ ਕਿਹਾ ਵੀ ਜੇ ਕੇਸ ਕਤਲ ਨਹੀਂ ਹੁੰਦੇ ਤੇ ਖੋਪੜੀ ਸਮੇਤ ਕੇਸ ਜਿਹੜੇ ਨੇ ਉਹ ਲਾ ਦਿੱਤੇ ਜਾਣ। ਕਹਿੰਦੇ ਨੇ ਕਿ ਇਧਰੋਂ ਸੂਬੇ ਦਾ ਜਿਹੜਾ ਵਾ ਦੁੱਖ ਵਧਣਾ ਸ਼ੁਰੂ ਹੋ ਗਿਆ, ਬੰਨ ਪੈ ਚੁੱਕਿਆ ਵਾ। ਉਧਰੋਂ ਜਿਹੜੇ ਮੋਚੀ ਸੱਦੇ ਗਏ ਨੇ ਕਿ ਭਾਈ ਤਾਰੂ ਸਿੰਘ ਦੇ ਜਿੱਦਾਂ ਕੇਸ ਕਤਲ ਨਹੀਂ ਹੋਏ, ਇਸੇ ਤਰ੍ਹਾਂ ਇੱਕ ਦੇ ਖੋਪੜੀ ਵੀ ਜਿਹੜੀ ਉਹ ਨਾ ਲੱਥੀ। ਤੇ ਕਹਿੰਦੇ ਨੇ ਉਹਨਾਂ ਨੂੰ ਹੁਕਮ ਕਰ ਦਿੱਤਾ ਕਿ ਆਪਣੀਆਂ ਰੰਬੀਆਂ ਤਿੱਖੀਆਂ ਕਰ ਲਓ। ਤੇ ਕਹਿੰਦੇ ਨੇ ਕਿ ਭਾਈ ਤਾਰੂ ਸਿੰਘ ਜਿਹੜੇ ਨੇ ਉਹ ਚੌਂਕੜਾ ਮਾੜ ਕੇ ਬੈਠ ਗਏ ਨੇ, ਨੇਤਰ ਬੰਦ ਨੇ, ਜਪਜੀ ਸਾਹਿਬ ਦਾ ਜਾਪ ਜਿਹੜਾ ਆਰੰਭ ਕਰ ਦਿੱਤਾ ਵਾ। ਤੇ ਕਹਿੰਦੇ ਨੇ ਉਧਰੋਂ ਜਿਹੜੇ ਉਸ ਵੇਲੇ ਦੇ ਮੋਚੀ ਆਏ ਨੇ, ਉਹਨਾਂ ਨੇ ਰੰਬੀਆਂ ਲਈਆਂ, ਥੌੜੀਆਂ ਲਈਆਂ। ਕਹਿੰਦੇ ਨੇ ਇੱਥੋਂ ਛੇੜਾ ਉਹ ਖੋਪੜੀ ਤੋਂ ਸ਼ੁਰੂ ਕੀਤਾ, ਖੋਪੜੀ ਨੂੰ ਰੰਬੀ ਦੇ ਨਾਲ ਚੀਰਨਾ ਸ਼ੁਰੂ ਕਰ ਦਿੱਤਾ ਵਾ, ਥੌੜੀ ਮਾਰੀ ਜਾਂਦੇ ਨੇ। ਉਧਰੋਂ ਭਾਈ ਤਾਰੂ ਸਿੰਘ ਜੀ ਉਸ ਨਿਰੰਕਾਰ ਦੇ ਨਾਲ ਜੁੜੇ ਹੋਏ ਨੇ, ਖੂਨ ਦੀ ਤਤੀਰੀਆਂ ਜਿਹੜੀਆਂ ਨੇ, ਸਾਰਾ ਤਨ ਜਿਹੜਾ ਵਾ ਉਹ ਖੂਨ ਦੇ ਨਾਲ ਜਿਹੜਾ ਲੱਥ ਪੱਥ ਹੋ ਗਿਆ ਵਾ। ਤੇ ਜਦੋਂ ਆਖਰੀ ਰੰਬੀ ਮਾਰੀ, ਆਖਰੀ ਥੌੜੀ ਦੀ ਸੱਟ ਮਾਰੀ ਤੇ ਕੇਸ ਉੱਤੋਂ ਫੜ ਕੇ ਤੇ ਭਾਈ ਤਾਰੂ ਸਿੰਘ ਦਾ ਖੋਪੜ ਜਿਹੜਾ ਵਾ ਉਹ ਕੇਸਾਂ ਤੋਂ ਜਿਹੜਾ ਅਲੱਗ ਹੋ ਗਿਆ ਵਾ। ਸੰਗਤ ਜੀ, ਗਾਥਾ ਬੜੀ ਗਹਿਰੀ ਹੈ ਤੇ ਬੜੀ ਹੀ ਬਹੁਤ ਵੱਡੀ ਖੇਡ ਹੈ, ਕੋਈ ਛੋਟੀ ਦੀ ਨਹੀਂ। ਕਈਆਂ ਸਾਲਾਂ ਦਾ ਗੱਭਰੂ ਹੈ, ਕਈਆਂ ਸਾਲਾਂ ਦਾ ਆਪਣੀ ਮਾਂ ਦਾ ਇਕਲੌਤਾ ਪੋਤਾ, ਭੈਣ ਦਾ ਇਕਲੌਤਾ ਭਰਾ ਆ, ਬਾਪ ਦਾ ਸਾਇਆ ਸਿਰ ਤੇ ਨਹੀਂ, ਪਰ ਗੁਰੂ ਦਾ ਸਾਇਆ ਐਸਾ ਹੈ ਕਿ ਉਹ ਜ਼ਕਰੀਆ ਖਾਨ ਨੂੰ ਲਲਕਾਰ ਕੇ ਕਹਿੰਦਾ ਕਿ ਤੂੰ ਜੁੱਤੀਆਂ ਦੀ ਗੱਲ ਕਰਦਾ ਹੈ, ਤੈਨੂੰ ਜੁੱਤੀ ਦੀ ਨੋਕ ਤੇ ਲਾ ਕੇ ਖੜਾਂਗੇ। ਤੇ ਫਿਰ ਖੜਿਆ ਵੀ ਹੈ, ਐਸੀ ਗੱਲ ਨਹੀਂ, ਖਾਲਸੇ ਨੇ ਜੇ ਬਚਨ ਕੀਤਾ ਤੇ ਖੜਿਆ ਵੀ ਹੈ, ਖੋਪਰ ਲੱਥ ਗਿਆ ਤੇ ਕੋਈ ਗੱਲ ਨਹੀਂ। ਜਿੱਥੇ ਗੁਰੂ ਦੇ ਉੱਤੇ ਭਰੋਸੇ ਦੀ ਗੱਲ ਆ ਜਾਂਦੀ, ਗੁਰੂ ਦੀ ਸਮਰੱਥਾ ਦੀ ਜਿੱਥੇ ਗੱਲ ਆ ਜਾਂਦੀ ਹੈ ਨਾ ਖਾਲਸਾ ਜੀ, ਉੱਥੇ ਫਿਰ ਇਹ ਸਭ ਸਾਇੰਸਾਂ ਫੇਲ ਹੋ ਜਾਂਦੀਆਂ ਨੇ, ਉੱਥੇ ਕੋਈ ਵੱਖਰੀ ਹੀ ਰਹਿਮਤ ਜਿਹੜੀ ਚੱਲਦੀ ਹੈ। ਤੇ ਉਹਨਾਂ ਦੇ ਮੂੰਹੋਂ ਨਿਕਲੇ ਬੋਲ ਜਿਹੜੇ ਨੇ ਕਿਵੇਂ ਸੱਚ ਹੁੰਦੇ ਨੇ, ਇਹ ਗਾਥਾ ਹੁਣ ਆਪਾਂ ਕੱਲ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਅੱਗੋਂ, ਕਿਉਂਕਿ ਨਾਲੇ ਆਪਾਂ ਹੋਰ ਵਿਸਥਾਰ ਦੇ ਵਿੱਚ ਜਾਵਾਂਗੇ। ਕੱਲ ਉਹਨਾਂ ਦਾ ਦਿਨ ਵੀ ਆਪਾਂ ਮਨਾਉਣਾ, ਤੇ ਨਾਲੇ ਆਪਾਂ ਸਾਰੀ ਇਹ ਗੱਲ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਤੇ ਉਹਨਾਂ ਦੇ ਉਸ ਜਜ਼ਬੇ ਦੇ ਵਿੱਚੋਂ ਕੁਝ ਅੰਸ਼ ਆਪਾਂ ਹਾਸਲ ਕਰਨ ਦੀ ਕੋਸ਼ਿਸ਼ ਕਰਨੀ ਹੈ। ਸੰਗਤ ਜੀ, ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ, ਉਸ ਗੱਭਰੂ ਨੇ ਤਾਂ ਆਪਣਾ ਸਾਰਾ ਕੁਝ ਜਵਾਨੀ ਹੀ ਕੁਰਬਾਨ ਕਰ ਦਿੱਤੀ, ਸਭ ਕੁਝ ਕੁਰਬਾਨ ਕੀਤਾ। ਤੇ ਐਸੇ ਯੋਧਿਆਂ ਦੀਆਂ ਗਾਥਾਵਾਂ, ਐਸੇ ਯੋਧਿਆਂ ਦੇ ਇਤਿਹਾਸ ਸਦਾ ਹੀ ਕੌਮ ਨੂੰ ਸਿੰਜਦੇ ਰਹਿਣਗੇ। ਇੱਕ ਕਵੀ ਦੇ ਦੋ ਬੋਲ ਪੈਸਾ ਮੈਨੂੰ ਹੁਣ ਯਾਦ ਆ ਗਏ, ਉਹਨੇ ਬੜਾ ਸੋਹਣਾ ਲਿਖਿਆ, ਰੰਬੀਏ ਨੀਚਰ ਖੜੀਏ ਉਹ ਆ ਰਿਹਾ, ਰੰਬੀ ਭਾਈ ਤਾਰੂ ਸਿੰਘ ਜੀ ਦੀ,
ਤੇਥੜੀ ਭਾਈ ਸੁਖਦੇਵ ਸੁਖਦੇਵ ਸਿੰਘ, ਸਿੰਘ ਸਰਵਾਗ ਦੀ, ਸਿੰਘ ਜੀ ਦੀ, ਹਾਂਜੀ ਤੇ ਆਰਾ ਭਾਈ ਮਤੀ ਦਾਸ ਜੀ ਮਤੀ ਦਾ। ਦਾਸ ਦਾ ਰੰਬੀ ਇੰਨੀ ਚਰਖੜੀ ਹੈ ਉਹ ਆ ਰਿਹਾ, ਖਾਲਸੇ ਨਾਲ ਲੱਗ ਤੁਸਾਂ ਜਨਮ ਸਵਾਰੇ, ਸਵਾਰ ਲਿਆ, ਖਾਲਸੇ ਦੇ ਨਾਲ ਲੱਗ ਕੇ ਤੁਸਾਂ ਜਨਮ ਜਨਮ ਸਵਾਰਿਆ, ਸਵਾਰ ਲਿਆ। ਲੱਕੜੀ ਦੇ ਨਾਲ ਲੱਗ ਲੋਹਾ ਕਿੰਜ ਤਰਦਾ, ਅੱਜ ਪਤਾ ਲੱਗਿਆ ਗੁਰੂ ਦੇ ਘਰ ਦਾ। ਸੋ ਗੁਰੂ ਦੇ ਘਰ ਦੀਆਂ ਖੇਡਾਂ ਨਿਰਾਲੀਆਂ ਨੇ, ਖਾਲਸੇ ਦੀ ਸ਼ੋਭਾ ਬੇਅੰਤ ਹੈ। ਸੋ ਆਪਾਂ ਇਸ ਦੇ ਨਾਲ ਜੁੜੇ ਰਹਿਣਾ, ਅੱਜ ਵੀ ਇਸ ਵਿਚਾਰ ਨੂੰ ਇੱਥੇ ਸਮਾਪਤੀ ਵੱਲ ਜਾਂਦੇ ਹੋਏ ਗਿਆਨੀ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਫਤਿਹ ਅਰਜ਼ ਕਰਦੇ ਹਾਂ ਜੀ। ਵਾਹਿਗੁਰੂ ਵਾਹਿਗੁਰੂ ਜੀ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਫਤਿਹ। ਫਤਿਹ।